जी प्रोग्राम शमादान दे विच तुहाडा मुड़ तों स्वागत है। तो सिद्धू ट्रक लाइन वाले कुलवंत सिंह सिद्धू नूं जी सोलो ते टीम ड्राइवर चाहिए ने, अच्छी माइलेज दिती जांदी है। फोन नंबर है जी 6616671188 6661168 1188 ते बेकरसफील्ड एरिया दे विच जेकर तुसीं बिजली दे बिल दी घटाउणे चाहुंदे हो ते ਘਰਾਂ ਦੀਆਂ ਛੱਤਾਂ 'ਤੇ ਤਾਂ ਸੋਲਰ ਸਿਸਟਮ ਲਵਾਓ, ਵਪਾਰਕ ਸਥਾਨਾਂ ਦੀਆਂ ਛੱਤਾਂ 'ਤੇ ਸੋਲਰ ਸਿਸਟਮ ਲਵਾਓ। ਸੰਪਰਕ ਕਰੋ ਜੀ ਜਤਿੰਦਰ ਸਿੰਘ ਧੂਰ ਹੋਰਾਂ ਨਾਲ 6617542 6661745 1722 ਅਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਇਸ ਵਕਤ ਜੁੜ ਗਏ ਨੇ। ਅਤੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੱਟੀ ਸਾਹਿਬ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਆਪਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ। ਸੋ ਉਹਨਾਂ ਨੇ ਕਹਿੰਦੇ ਦਮਦਮਾ ਸਾਹਿਬ ਦੀ ਜਥੇਦਾਰੀ ਛੱਡ ਦਿੱਤੀ ਹੈ ਜੀ, ਜਿਹੜਾ ਐਡੇ ਵੱਡੇ ਆਪਣੇ ਇਕੱਠ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਸਰਬੱਤ ਖਾਲਸਾ ਵੱਲੋਂ ਦਿੱਤੀ ਜ਼ਿੰਮੇਵਾਰੀ, ਉਹ ਕਹਿੰਦੇ ਜੀ ਮੈਂ ਨਹੀਂ ਨਿਭਾ ਸਕਦਾ ਜੀ। ਜਿੱਥੋਂ ਤੱਕ ਬਾਬਾ ਦਾਦੂਵਾਲ ਜੀ ਦੀ ਗੱਲ ਆ ਜੀ, ਤੁਹਾਨੂੰ ਪਤਾ ਹੋਏਗਾ ਪਹਿਲਾਂ ਸਭ ਤੋਂ ਆਪਾਂ ਹੀ ਇਹ ਮੰਗ ਉਠਾਈ ਸੀ ਵੀ ਬਾਬਾ ਜੀ ਨੂੰ ਦੋਵਾਂ ਤੋਂ ਇੱਕ ਅਹੁਦਾ ਰੱਖਣਾ ਚਾਹੀਦਾ ਜਦੋਂ ਦੇ ਕਾਰਜਕਾਰੀ ਪ੍ਰਧਾਨ ਬਣੇ ਜੀ। ਉਸ ਟਾਈਮ ਦੇ ਇਹਨਾਂ ਦੇ ਕੁਛ ਬੰਦਿਆਂ ਦੇ ਮੈਨੂੰ ਫੋਨ ਵੀ ਆਈ ਸੀ ਵੀ ਭਾਈ ਜੇ ਪੱਕੇ ਪ੍ਰਧਾਨ ਬਣ ਗਏ ਤੇ ਉਹ ਅਸਤੀਫਾ ਇੱਕ ਥਿਮ ਜ਼ਰੂਰ ਦੇਣਗੇ। ਲੇਕਿਨ ਉਹਨਾਂ ਨੇ ਇੱਕ ਦਿਨ ਮੇਰੀ ਇਹਨਾਂ ਨਾਲ ਗੱਲ ਵੀ ਹੋਈ ਸੀ, ਉਹ ਕਹਿੰਦੇ ਜੀ ਫਲਾਣੇ ਵਾਲੇ ਇਦਾਂ ਹੋਇਆ। ਮੈਂ ਕਿਹਾ ਬਾਬਾ ਜੀ ਜੇ ਪਿੱਛੇ ਗਲਤ ਹੋਇਆ ਤਾਂ ਆਪਾਂ ਠੀਕ ਕਰ ਲਈਏ ਉਹਨਾਂ ਨੂੰ। ਉਹ ਉਹਨਾਂ ਚੰਗਾ ਕੀਤਾ ਕਿਉਂਕਿ ਜਿਹੜੀ ਇਸ ਵੇਲੇ ਸਰਬੱਤ ਖਾਲਸਾ ਦੌਰਾਨ ਜਥੇਦਾਰ ਬਣਾਏ ਗਏ ਸੀ ਉਹਦੇ ਵਿੱਚ ਇੱਕ ਹੋਰ ਆ ਗਈ ਆ ਹਵਾਰਾ ਕਮੇਟੀ ਜੀ, ਜਿਹੜੀ ਆਪਣੇ ਆਪ ਨੂੰ ਸੁਪਰੀਮ ਸਮਝਦੀ ਹੈ, ਜਿਹਨਾਂ ਨੇ ਇਹ ਵੀ ਕਹਿਤਾ ਵੀ ਭਾਈ ਧਿਆਨ ਸਿੰਘ ਮੰਡ ਨੂੰ ਕਿਸੇ ਪ੍ਰਕਾਰ ਦਾ ਕੋਈ ਬਿਆਨ ਦੇਣ ਜਾਂ ਕੋਈ ਹੁਕਮਨਾਮਾ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ, ਕਿਉਂਕਿ ਹਵਾਰਾ ਕਮੇਟੀ ਆਈ ਆ ਜਥੇਦਾਰ ਹਵਾਰਾ ਦੇ ਕਹਿਣ ਦੇ ਉੱਤੇ ਉਹਦੇ ਦੇਸ਼ਾਂ ਤੇ ਆਈ ਤੇ ਹਵਾਰਾ ਕਮੇਟੀ ਆਪਣਾ ਕੰਮ ਕਰਨੀ ਜੀ। ਇਸ ਭੀੜ ਚੋਂ ਜੇ ਕਿਤੇ ਬਾਬਾ ਦਾਦੂਵਾਲ ਜੀ ਨਿਕਲ ਗਏ ਤੇ ਚੰਗੀ ਗੱਲ ਆ, ਉਹ ਪਾਸੇ ਹੋ ਗਏ, ਉਹਨੇ ਆਪਣਾ ਅਸਤੀਫਾ ਦੇ ਦਿੱਤਾ, ਬਿਲਕੁਲ ਠੀਕ ਗੱਲ ਆ। ਜੇ ਅਸੀਂ ਤਖਤਾਂ ਦੇ ਜਥੇਦਾਰ ਦੀ ਗੱਲ ਕਰਦੇ ਹਾਂ ਜੀ, ਸਾਡੇ ਤਖਤਾਂ ਦੇ ਜਥੇਦਾਰ ਕਿਸੇ ਕਾਨੂੰਨ ਨੂੰ ਕਿਸੇ ਵਿਅਕਤੀ ਨੂੰ ਜਵਾਬਦੇਹ ਨਹੀਂ ਹੁੰਦੇ, ਉਹ ਸਿਰਫ ਅਕਾਲ ਤਖ਼ਤ ਨੂੰ ਜਵਾਬਦੇਹ ਹੁੰਦੇ, ਅਕਾਲ ਪੁਰਖ ਨੂੰ ਜਵਾਬਦੇਹ ਹੁੰਦੇ। ਇਸ ਕਰਕੇ ਉਹਨਾਂ ਦੇ ਮਰਿਆਦਾ ਦੇ ਮੁਤਾਬਕ ਇਹ ਚੰਗਾ ਕੀਤਾ ਤੇ ਆਪਣਾ ਅਸਤੀਫਾ ਜਿਹੜਾ ਦਿੱਤਾ ਤੇ ਨਾਲ ਉਹਨਾਂ ਕਿਹਾ ਸੀ ਅਸੀਂ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਜੰਗੀ ਪੱਧਰ ਤੇ ਚੜਾਵਾਂਗੇ ਜੀ, ਤੇ ਨਾਲ ਉੱਥੇ ਹਰਿਆਣਾ ਕਮੇਟੀ ਜਿਹੜਾ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਉਹਨੂੰ ਸ਼ਿੱਦਤ ਨਾਲ ਉਠਾਵਾਂਗੇ ਵੀ ਜਲਦੀ ਫੈਸਲਾ ਉਹਦਾ ਹੋਵੇ ਜੀ, ਕਿਉਂਕਿ ਅੱਜ ਵੀ ਬਹੁਤ ਸਾਰੇ ਵੱਡੇ ਗੁਰਦੁਆਰੇ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਅਧੀਨ ਆ, ਸਿਰਫ ਜੋ ਸਟੇਟਸ ਹੋਇਆ ਸੀ ਉਹਨਾਂ ਕੋਲ ਬਹੁਤ ਥੋੜੇ ਗੁਰਦੁਆਰੇ ਨੇ, ਛੋਟੇ ਗੁਰਦੁਆਰੇ ਨੇ ਜਿਹੜੇ ਉਹ ਚਲਾ ਰਹੇ ਨੇ ਜੀ। ਜੇ ਪ੍ਰਬੰਧ ਸਹੀ ਤਰੀਕੇ ਨਾਲ ਚਲਾਉਣਾ ਤੇ ਉੱਥੇ ਹਰਿਆਣਾ ਕਮੇਟੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਆ। ਤੇ ਅੱਜ ਵੀ ਮੇਰੀ ਪਿੱਛੇ ਜੇ ਗੱਲ ਹੋਈ ਸੀ, ਕਵਲਜੀਤ ਸਿੰਘ ਜਿਹੜਾ ਹੈਗਾ ਉੱਥੇ ਅਦਰਾਣਾ ਜੀ, ਉਹ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦਾ ਬੁਲਾਰਾ, ਉਹ ਇਹ ਗੱਲ ਕਹਿੰਦਾ ਵੀ ਮੈਂ ਇਹ ਕਹਿੰਦਾ ਵੀ ਚੰਗੀ ਗੱਲ ਆ ਵੀ ਹਰਿਆਣਾ ਕਮੇਟੀ ਬਣੀ ਸੀ ਉਦੋਂ, ਬਾਅਦ ਅਸੀਂ ਬੁਲੰਦ ਕੀਤੀ ਸੀ, ਲੇਕਿਨ ਅੱਜ ਹੁਣ ਹਰਿਆਣਾ ਕਮੇਟੀ ਦੀ ਕੋਈ ਲੋੜ ਨਹੀਂ। ਅੱਜ ਸ਼੍ਰੋਮਣੀ ਕਮੇਟੀ ਜਿਹੜੀ ਉਹ ਸਾਰੀਆਂ ਸਾਡੀਆਂ ਮੰਗਾਂ ਪ੍ਰਵਾਨ ਕਰ ਰਹੀ ਜੀ, ਹਰਿਆਣਾ ਕਮੇਟੀ ਹੋ ਚੁੱਕੀ ਹੋਈ ਸੀ। ਹਰਿਆਣਾ ਕਮੇਟੀ ਉਦੋਂ ਹੋਣ ਚਾਹੀ ਸੀ ਜਦੋਂ ਜਗਜੀਤ ਸਿੰਘ ਝੀਂਡਾ ਹੋਰਾਂ ਨੇ ਇੱਕ ਆਵਾਜ਼ ਬੁਲੰਦ ਕੀਤੀ ਸੀ ਵੀ ਸਾਡੇ ਇੱਥੋਂ ਗੁਰੂ ਦੀ ਗੋਲਕ ਹੂੰਜ ਕੇ ਇਹ ਅੰਮ੍ਰਿਤਸਰ ਲੈ ਜਾਂਦੇ ਆ ਤੇ ਸਾਡੇ ਹਰਿਆਣੇ ਦੇ ਲੋਕਾਂ ਨੂੰ ਨਾ ਤੇ ਰੁਜ਼ਗਾਰ ਮਿਲਦਾ ਜੀ, ਤੇ ਨਾ ਸਾਡਾ ਇੱਥੇ ਸਿੱਖਾਂ ਦਾ ਵਿਕਾਸ ਹੁੰਦਾ, ਸਿੱਖ 15 ਲੱਖ ਵਸੇ ਵਸੇ ਦੇ ਇੱਥੇ ਜੀ। ਉਦੋਂ ਜਥੇਦਾਰ ਗੁਰਚਰਨ ਸਿੰਘ ਚੌੜਾ ਨੇ ਕਿਹਾ ਸੀ ਭਾਈ ਆਪਣੀ ਇੱਕ ਵੱਖਰੀ ਕਮੇਟੀ ਬਣਾ ਲਓ, ਜਿਹੜੀ ਕਮੇਟੀ ਇੱਥੇ ਪ੍ਰਬੰਧ ਕਰੇਗੀ ਵੇਖੇਗੀ, ਤੁਸੀਂ ਗੋਲਕ ਆਪਣੀ ਇੱਥੇ ਰੱਖੋ ਇੱਥੇ ਵਰਤੋ, ਸਾਨੂੰ ਕੋਈ ਇਤਰਾਜ਼ ਨਹੀਂ ਜੀ। ਉਦੋਂ ਇਹ ਥੋੜਾ ਜਿਹਾ ਨਰਮ ਕੰਮ ਪੈ ਗਿਆ ਸੀ, ਲੇਕਿਨ ਜਥੇਦਾਰ ਗੁਰਚਰਨ ਸਿੰਘ ਚੌੜਾ ਤੋਂ ਬਾਅਦ ਕਿਸੇ ਨੇ ਹਰਿਆਣੇ ਦੇ ਸਿੱਖਾਂ ਦੀ ਸੁਣੀ ਨਹੀਂ ਤੇ ਫਿਰ ਉਹ ਜਿਹੜਾ ਹਾਊਸ ਸੀ ਪਾਰਲੀਮੈਂਟ, ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ ਜੀ, ਜਦੋਂ ਇਜਲਾਸ ਹੁੰਦਾ ਸੀ ਉੱਥੇ ਆਵਾਜ਼ ਬੁਲੰਦ ਕਰਦੇ ਵੀ ਸਾਡੀ ਹਰਿਆਣਾ ਕਮੇਟੀ ਵੱਖਰੀ ਬਣਨੀ ਚਾਹੀਦੀ ਹੈ ਜੀ।
ਤੇ ਹੁੱਡਾ ਸਾਹਿਬ ਜਦੋਂ 2014 ਚ ਗਏ ਉਹ ਜਾਂਦੇ ਜਾਂਦੇ ਫਿਰ ਉਹਨੇ ਕਮੇਟੀ ਬਣਾ ਕੇ, ਲੇਕਿਨ ਉਹਨਾਂ ਨੂੰ ਉਹ ਪੂਰੇ ਅਧਿਕਾਰ ਨਹੀਂ ਮਿਲ ਸਕੇ ਜਿਹੜੇ ਚਾਹੀਦੇ ਸੀ ਜੀ। ਲੇਕਿਨ ਇਹ ਚੰਗੀ ਗੱਲ ਆ ਜੇ ਦਿੱਲੀ ਕਮੇਟੀ ਵੱਖਰੀ ਬਣ ਸਕਦੀ ਆ, ਪਟਨਾ ਸਿੰਘ ਕਮੇਟੀ ਬਣ ਸਕਦੀ ਆ, ਜੂ ਸਿੰਘ ਬਣ ਸਕਦੀ ਆ, ਜੇ ਹਰਿਆਣੇ ਦੇ ਸਿੱਖ ਆਪਣਾ ਭਾਰ ਆਪ ਚੁੱਕਣ ਦੀ ਉਹ ਹਿੰਮਤ ਕਰ ਰਹੇ ਚੁੱਕ ਲੈਂਦੇ ਉਹਨਾਂ ਨੂੰ, ਅਸੀਂ ਕਿਉਂ ਜੱਫਾ ਮਾਰ ਕੇ ਬੈਠੇ ਆ ਜੀ। ਇਸ ਕਰਕੇ ਇੱਕ ਮੈਂਬਰ ਚੰਡੀਗੜ੍ਹ ਚ ਆਉਂਦਾ, 11 ਹਰਿਆਣੇ ਚ ਆਉਂਦੇ ਆ ਤੇ ਇੱਕ ਹਿਮਾਚਲ ਚ ਆਉਂਦਾ, ਇਹ ਮੈਂਬਰ ਜੇ ਵਿੱਚੋਂ ਕੱਢਦੇ ਤੇ ਬਾਕੀ 153 ਨੇ 57 ਮੈਂਬਰ ਰਹਿ ਜਾਂਦੇ ਜੀ 170 ਚੋਂ। ਤੇ ਬਾਬਾ ਜੀ ਨੇ ਇੰਨੀ ਗੱਲ ਕਹੀ ਆ ਵੀ ਅਸੀਂ ਸ਼ਿੱਦਤ ਦੇ ਨਾਲ ਹੁਣ ਸੁਪਰੀਮ ਕੋਰਟ ਚ ਮਾਮਲਾ ਉਠਾਵਾਂਗੇ ਤੇ ਜਲਦੀ ਫੈਸਲੇ ਦੀ ਉਮੀਦ ਕਰਾਂਗੇ, ਫੈਸਲਾ ਆਵੇ ਇੱਕ ਪਾਸੇ ਚੱਲ ਲੱਗੇ, ਕਿਉਂਕਿ ਜਿਹੜਾ ਉਹਦਾ ਨੋਟੀਫਿਕੇਸ਼ਨ ਹੋ ਸਕਦਾ ਉਹਨੂੰ ਰੱਦ ਨੀ ਕਰ ਸਕਦੀ ਸੁਪਰੀਮ ਕੋਰਟ, ਕਿਉਂਕਿ ਵਿਧਾਨ ਸਭਾ ਚ ਨੋਟੀਫਿਕੇਸ਼ਨ ਹੋਇਆ ਉਹਦਾ। ਇਸ ਕਰਕੇ ਉਮੀਦ ਹੈ ਬਾਬਾ ਜੀ ਨੇ ਜੇ ਕਿਹਾ ਜੇ ਬਾਬਾ ਜੀ ਨੇ 80 ਪੱਟੀ ਸਾਹਿਬ ਤੁਹਾਨੂੰ ਥੋੜਾ ਜਿਹਾ ਦਰੁਸਤ ਕਰਦੇ ਆ, ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉੱਥੇ ਕਹਿ ਦਿੱਤਾ ਸੀਗਾ ਸਰਬੱਤ ਖਾਲਸਾ ਚ ਮੈਨੂੰ ਬਾਬਾ ਹੀ ਨਾ ਕਹੋ, ਮੈਂ ਸੰਤ ਨਹੀਂ ਹਾਂ, ਮੈਂ ਭਾਈ ਬਲਜੀਤ ਸਿੰਘ। ਸੋ ਆਪਾਂ ਨੂੰ ਸਰਬੱਤ ਖਾਲਸਾ ਦਾ ਜਿਹੜਾ ਹੈ, ਪਰ ਇੱਕ ਚੀਜ਼ ਹੈ ਮੈਨੂੰ ਥੋੜ੍ਹਾ ਜਿਹਾ ਮੈਂ ਇਸ ਚੀਜ਼ ਦੇ ਉੱਤੇ ਤੁਹਾਡੇ ਤੋਂ ਇੱਕ ਪੁੱਛਣਾ ਚਾਹਾਂਗਾ ਕਿ ਜੋ ਜ਼ਿੰਮੇਵਾਰੀ ਸਰਬੱਤ ਖਾਲਸਾ ਨੇ ਦਿੱਤੀ ਆ ਉਹ ਵੱਡੀ ਸੀ ਜਾਂ ਇਹ ਜ਼ਿੰਮੇਵਾਰੀ ਵੱਡੀ ਆ? ਸਰਬੱਤ ਖਾਲਸਾ ਨੇ ਜ਼ਿੰਮੇਵਾਰੀ ਇੱਕ ਵਾਰੀ ਦੇ ਦਿੱਤੀ, ਮੁੜ ਕੇ ਸਰਬੱਤ ਖਾਲਸਾ ਦੇ ਕਿਸੇ ਵਿਅਕਤੀ ਨੇ ਆ ਕੇ ਪੁੱਛਿਆ ਵੀ ਜਿਹੇ ਦਿਨ ਦਾ ਕੀ ਹਾਲ ਆ? ਨਹੀਂ ਉਹ ਤਾਂ ਲੋਕ ਸੀਗੇ ਜੀ। ਨਹੀਂ ਨਹੀਂ ਮੇਰੀ 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 ਪਹਿਲੀ ਹਾਂ ਇਹ ਜੇਲਾਂ ਚ ਵੀ ਗਏ, ਅਗਲਾ ਫੜ ਕੇ ਅੰਦਰ ਵੀ ਕਰਤੇ ਸਭ ਕੁਝ, ਕੋਈ ਇੱਕ ਬੰਦਾ ਪੁੱਛਿਆ ਗੱਲ ਸੁਣੋ ਵੀ ਆਉਣਾ ਕਿਹਨੇ ਸੀਗਾ? ਆਉਣਾ ਤਾਂ ਸੰਗਤ ਨੇ ਸੀ, ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਤੁਹਾਡੇ ਕਹੇ ਤੇ ਸੰਗਤ ਪਹੁੰਚੀ, ਠੰਡ ਪੂਰੀ, ਮੀਂਹ ਪਿਆ ਵਿਆ, ਗਿੱਲੇ ਉੱਥੇ ਖੇਤਾਂ ਦੇ ਵਿੱਚ ਬੈਠੀ, ਇੱਕ ਨੇ ਵਿਚਾਰੇ ਨੇ ਕਣਕ ਵੱਢ ਕੇ ਥਾਂ ਦਿੱਤਾ, ਹੈਂਜੀ ਸੰਗਤ ਦਾ ਕੀ ਕਸੂਰ ਆ ਇਹਦੇ ਚ? ਨਹੀਂ ਮੈਂ ਤਾਂ ਦੱਸਣ ਲੱਗਾ ਜੀ, ਸੰਗਤ ਗਈ ਕਿਹਦੇ ਵਾਸਤੇ ਉੱਥੇ? ਅੱਛਾ ਜਾਣਾ ਨਹੀਂ ਸੀ ਚਾਹੀਦਾ? ਨਹੀਂ 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 ਸੰਗਤ ਤੇ ਗਈ ਸੀ ਉਹਨਾਂ ਕੋਲ ਪ੍ਰੋਗਰਾਮ ਲੈਣ ਵਾਸਤੇ, ਤੇ ਗੱਲ ਤਾਂ ਇੰਨਾ ਨਹੀਂ ਦੇਣਾ ਸੀ ਨਾ ਪ੍ਰੋਗਰਾਮ ਜਿਹੜੇ ਉੱਥੇ, ਇਹ ਆਪ ਹੀ ਇਹ ਤਾਂ ਆਪ ਹੀ ਜਥੇਦਾਰ ਬਣ ਗਏ ਫਿਰ ਉੱਥੇ, ਇਹ ਤਾਂ ਪ੍ਰੋਗਰਾਮ ਨਾ ਦੇ ਕੇ ਇਹਨਾਂ ਨੇ ਤਾਂ ਜਥੇਦਾਰੀਆਂ ਲੈ ਲਈਆਂ ਫਿਰ ਉੱਥੇ ਬਹਿ ਕੇ। ਬਿਲਕੁਲ ਬਿਲਕੁਲ, ਇਸ ਕਰਕੇ ਸੰਗਤ ਨਿਰਾਸ਼ ਹੋ ਕੇ ਆਈ ਉੱਥੋਂ ਵੀ ਭਾਈ ਅਸੀਂ ਤੇ ਪ੍ਰੋਗਰਾਮ ਲੈਣ ਵਾਸਤੇ ਆਏ ਹਾਂ। ਜੇ ਤੁਸੀਂ ਜਥੇਦਾਰੀਆਂ ਲੈ ਗਏ, ਜੇ ਉੱਥੇ ਅਲਟੀਮੇਟਮ ਦੇ ਦਿੰਦੇ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਜੇ ਬਰਗਾੜੀ ਕਾਂਡ ਦੇ ਦੋਸ਼ੀ ਨਾ ਫੜੇ ਗਏ ਤੇ ਫਿਰ ਜਿਹੜੀ ਅਸੀਂ ਸੜਕਾਂ ਤੇ ਸਾਰੀਆਂ ਬੰਦ ਕਰ ਦਿਆਂਗੇ, ਚਾਰ ਸਵੇਰੇ ਪੰਜਾਬ ਬੰਦ ਕਰ ਦਿਆਂਗੇ, ਤੇ ਲੋਕਾਂ ਨੇ ਸਾਥ ਦੇ ਦੇਣਾ ਸੀ ਇਹਨਾਂ ਦਾ। ਜਦੋਂ ਇਹ ਆਪ ਜਥੇਬੰਦੀ ਲੈ ਕੇ ਬਹਿ ਕੇ ਲੋਕਾਂ ਨੇ ਕਿਹਾ ਵੀ ਜਿਹੜੀ ਗੱਲ ਵਾਸਤੇ ਅਸੀਂ ਉਹ ਤੁਸੀਂ ਪ੍ਰੋਵ ਦਿੱਤਾ ਹੀ ਪਈ ਇਹਨਾਂ ਨੇ, ਲੋਕ ਉੱਥੋਂ ਨਿਰਾਸ਼ ਗਏ ਸੀਗੇ, ਜਿਹਦੇ ਕਰਕੇ ਹੁਣ ਸਰਬੱਤ ਖਾਲਸਾ ਜਥੇਦਾਰ ਤਾਂ ਖੋਹਦੇ ਸੀ, ਮਤਵਾਦੀ ਜਥੇਦਾਰ ਖੋਹਦੇ ਰੂਹ ਸੀਗੇ, ਲੇਕਿਨ ਉਹ ਪਾਵਰ ਕੋਈ ਨੀ, ਨਾ ਕੋਈ ਦਫ਼ਤਰ ਸੀ, ਨਾ ਕੁਛ, ਨਾ ਕੋਈ ਗੱਲ, ਨਾ ਕੋਈ ਬਾਅਦ ਵਿਚਾਰੇ ਟੱਪਰੀ ਵਸਮ ਕਰੇ ਸਕਦੇ ਸੀ ਕਹੀ ਦੇ ਸ਼ੁਰੂ ਜੀ। ਫਿਰ ਇਹਨਾਂ ਸੋਚਣਾ ਚਾਹੀਦਾ ਸੀ ਵੀ ਅਸੀਂ ਜਥੇਦਾਰੀ ਨਾ ਲਈਏ। ਦੇਖੋ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਬਣਾਏ ਸੀ ਭਾਈ ਮਰੀਕ ਸਿੰਘ, ਉਹ ਪਹਿਲਾਂ ਕਿਨਾਰਾ ਕਰ ਗਏ, ਬਾਬਾ ਦਾਦੂਵਾਲ ਹੁਣ ਮੁਸਤੀਫਾ ਦੇ ਕੇ ਪਾਸੇ ਹੋ ਗਏ ਜੀ, ਰਹਿ ਗਏ ਭਾਈ ਧਿਆਨ ਸਿੰਘ ਮੰਡ, ਉਹ ਚਾਰ ਬੰਦੇ ਉਹਨਾਂ ਨਾਲ ਪੱਕੇ ਹੀ ਰੱਖੇ ਵੀ ਆ ਬਾਬਾ ਜੀ ਫਲਾਣੇ ਤੇ ਆ, ਬਾਬਾ ਜੀ ਝਿੰਗੜੇ ਤੇ, ਇਹ ਅਸੀਂ ਪੰਜ ਸਿੰਘ ਸਾਹਿਬ ਪੰਜ ਸਿੰਘ ਬੈਠੇ, ਅਸੀਂ ਫੈਸਲਾ ਕੀਤਾ ਤੇ ਲਾਗੂ ਕਰੋ ਜੀ। ਕਿਹਨੇ ਲਾਗੂ ਕਰਨਾ? ਜਿਹੜੇ ਅਕਾਲ ਤਖ਼ਤ ਤੋਂ ਫੈਸਲੇ ਹੁੰਦੇ ਉਹਨੂੰ ਲਾਗੂ ਕਰਾਉਣ ਵਾਸਤੇ ਸ਼੍ਰੋਮਣੀ ਕਮੇਟੀ ਪਾਬੰਦ ਸੀ ਜੀ, ਧਾਰਮਿਕ ਜਥੇਬੰਦੀਆਂ ਪਾਬੰਦ ਹੁੰਦੀਆਂ, ਲੇਕਿਨ ਇਹਨਾਂ ਕੋਲ ਕਿਹੜੀ ਨਾ ਸ਼੍ਰੋਮਣੀ ਕਮੇਟੀ ਤੇ ਧਾਰਮਿਕ ਜਥੇ ਲਾਗੂ ਕਿੱਥੋਂ ਹੋਣੇ ਉਹ? ਮਾਸਟਰ ਜਿਹੜਾ ਜੌਹਰ ਸਿੰਘ ਸੀਗਾ ਤੁਹਾਨੂੰ ਪਤਾ, ਉਹਨੂੰ ਇਹਨਾਂ ਨੇ ਤਨਖਾਹ ਲਾਈ, ਉਹਨੂੰ ਤਨਖਾਹ ਨੀ ਭੁਗਤਣ ਦਿੱਤੀ ਉੱਥੇ ਇਹਨਾਂ ਨੇ ਜੀ, ਉਹ ਲੰਗਰ ਚ ਬਾਟੀਆਂ ਸਾਫ਼ ਕਰਨ ਆਇਆ ਸੀ, ਸੰਤਾਂ ਨੇ ਜੂਠੇ ਬਰਤਨ ਸਾਫ਼ ਕਰਨ ਆਇਆ ਸੀ, ਤੇ ਜਿਹੜਾ ਮੈਨੇਜਰ ਦਰਬਾਰ ਸਿੰਘ ਉਸਤੇ ਸੁਲੱਖਣ ਸਿੰਘ ਸੀ, ਉਹਨੇ ਆਪਣੇ ਫੋਰਸ ਲਾ ਕੇ ਸੀ ਵੜਨੀ ਦੇਣਾ ਇੱਥੇ, ਕਿੰਨੀ ਵੱਡੀ ਗੱਲ ਆ ਭਾਈ। ਤੁਹਾਡਾ ਤੁਹਾਡੇ ਜਥੇਦਾਰ ਨੇ ਕਹਿਤਾ ਵੀ ਅਸੀਂ ਇਹਨਾਂ ਹੁਕਮਾਂ ਨੂੰ ਨੀ ਮੰਨਦੇ, ਉਹ ਬਾਟੀਆਂ ਸਾਫ਼ ਕਰੇ, ਉਹ ਬਾਟੇ ਸਾਫ਼ ਕਰੇ, ਉਹ ਝਾੜੂ ਫੇਰੇ, ਉਹ ਤੌਲੀਆ ਫਿਰ ਜਬਰ ਨੀ ਫੇਰੇ, ਫਿਰ ਲੈਂਦੇ ਉਹਨੂੰ। ਜਦੋਂ ਤੁਹਾਡੇ ਜਥੇਦਾਰ ਦੇ ਹੁਕਮ ਲਾਗੂ ਹੋਏ ਨੀ, ਅਖੀਰ ਦੇ ਉੱਤੇ ਮੁੜ ਕੇ ਉਹਨੂੰ ਫਿਰ ਜਿਹੜੇ ਸੀ ਆ ਕੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਕੋਲ ਪੇਸ਼ ਹੋਣਾ ਪਿਆ, ਉਹਦਾ ਤਨਖਾਹ ਲਾਈ ਤੇ ਫਿਰ ਜਾ ਕੇ ਉਹਦੀ ਜਾਨ ਛੁੱਟੀ ਸੀਗੀ ਜੀ। ਇਸ ਕਰਕੇ ਇਹ ਮੈਨੂੰ ਕਹਿੰਦਾ ਵੀ ਇਹਨਾਂ ਸਿਰੇ ਕੋਲ ਪਾਵਰ ਕੋਈ ਨੀ ਸੀ, ਸਰਬੱਤ ਖਾਲਸਾ ਦੇ ਵਿੱਚ ਲੋਕ ਪ੍ਰੋਗਰਾਮ ਲੈਣ ਆਏ ਸੀ, ਇਹਨਾਂ ਪ੍ਰੋਗਰਾਮ ਨਹੀਂ ਦਿੱਤਾ, ਇਹਨਾਂ ਜਹਿਦਰੀਆਂ ਮੰਨ ਲਈਆਂ, ਉਹ ਲੋਕਾਂ ਨੇ ਮੁੜ ਕੇ ਸਾਥ ਕੀ ਦੇਣਾ ਸੀ ਉਹਨਾਂ ਨੇ ਜੀ। ਤੇ ਅੱਗੇ ਆਪਾਂ ਗੱਲ ਕਰੀਏ ਤਾਂ ਜਿਹੜੇ
ਸਿੱਖ ਫਾਰ ਜਸਟਿਸ ਦੇ ਆਗੂ ਗੁਰਪੰਥ ਸਿੰਘ ਪੰਨੂ ਨੇ 31 ਅਗਸਤ ਨੂੰ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਹੈ, ਉਹਦੇ ਬਾਰੇ ਕੀ ਕਹਿਣਾ ਜੀ? ਵੇਖੋ ਜੀ, ਗੁਰਪਤਵੰਤ ਸਿੰਘ ਹੋਰਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਨਵੇਂ ਸੰਕਟ ਨਾ ਪਾਇਆ ਜਾਵੇ। ਤੁਸੀਂ ਵਿਦੇਸ਼ਾਂ ਤੋਂ ਫੋਨ ਕਰ ਦਿੰਦੇ ਹੋ, ਉੱਥੋਂ ਤੁਸੀਂ ਕਹਿ ਦਿੰਦੇ ਹੋ ਵੀ ਆਹ ਕੀਤਾ ਜਾਵੇ, ਤੁਹਾਡੇ ਮੁਕਾਬਲੇ ਜਾ ਕੇ ਜਿਹੜੇ ਗਲਤੀਆਂ ਕਰ ਲੈਂਦੇ ਮੁੰਡੇ ਮੁੜ ਕੇ ਭੁਗਤਣੀਆਂ ਸਾਰੀ ਕੌਮ ਨੂੰ ਪੈਂਦੀਆਂ ਨੇ ਜੀ। ਇਹਦੇ ਵਾਸਤੇ ਵੀ ਪ੍ਰੋਗਰਾਮ ਹੁੰਦਾ ਵਾ, ਇੱਥੇ ਬੈਠ ਕੇ ਜੇ ਤੁਹਾਨੂੰ ਇੰਨੀ ਗੱਲ ਕਹਿਤੀ ਆ ਵੀ ਤੁਹਾਨੂੰ ਬਾਈ ਸੁਪਰੀਮ ਕੋਰਟ ਨੇ ਆ ਕੇ ਦਿੱਤੀ ਸ਼ਾਂਤਮਈ ਤਰੀਕੇ ਨਾਲ, ਤੁਸੀਂ ਖਾਲਸਾ ਨਾਰੇ ਮੰਗੋ, ਤੁਸੀਂ ਮਾਰੇ ਮਾਰੋ, ਤੁਸੀਂ ਵੀ ਡਿਮਾਂਡ ਕਰੋ, ਤੁਹਾਨੂੰ ਰੋਕਦਾ ਨੀ। ਸ਼ਾਂਤਮਈ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ, ਆਪਣੀ ਗੱਲ ਤੁਸੀਂ ਪਹੁੰਚਾ ਸਕਦੇ ਹੋ ਦੁਨੀਆਂ ਦੇ ਵਿੱਚ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ ਜੀ। ਸੁਪਰੀਮ ਕੋਰਟ ਕਹਿੰਦੀ ਕਰਦੇ ਆ, ਹੁਣ ਮਾਨਸਾ ਦੇ ਬੰਦੇ ਪਿਛਲੇ ਕੀਤਾ ਹੀ ਹੈ, ਕੀ ਹੋਇਆ? 188 ਦੀ ਕਾਰਵਾਈ ਹੋਈ ਹੈ ਵੀ ਤੁਸੀਂ ਵੇਖੋ ਜੀ ਕਰਫਿਊ ਦੀ ਸੰਘਣਾ ਕੀਤੀ, ਕਹਿੰਦੇ ਕਰਦੇ ਹੋ ਕੋਈ ਗੱਲ ਨੀ, ਉਹ ਮੁੜ ਕੇ ਬਸ ਉਸ ਜਵਾਬ ਦੇ ਕੇ ਘਰ ਨੂੰ ਚਲੇ ਗਈ। ਇਹਦੇ ਕਰਕੇ ਇਹਨਾਂ ਨੇ ਫੋਨ ਤੇ ਕਿਹਾ ਜਾ ਰਿਹਾ ਵੀ 31 ਅਗਸਤ ਨੂੰ ਜਿਹੜੀ ਆ ਉਹ ਭਾਈ ਦਿਲਾਵਰ ਸਿੰਘ ਦੀ ਬਰਸੀ ਆ, ਜਿਹਨਾਂ ਨੇ ਬੈਂਤ ਸਿੰਘ ਨੂੰ ਮਾਰਿਆ ਸੀ ਤੇ ਉਹਦੇ ਕਰਕੇ ਪੰਜਾਬ ਬੰਦ ਕਰਕੇ ਅਕਾਲ ਤਖ਼ਤ ਤੇ ਪੁੱਜੇ ਜੀ। ਜਾਂ ਤੇ ਪਤਵੰਤ ਸਿੰਘ ਜੀ ਤੁਸੀਂ ਆ ਕੇ ਅਗਲੀ ਅਗਵਾਈ ਕਰੋ ਤੇ ਲੋਕ ਨੌਜਵਾਨ ਵੀ ਲੋਕ ਵੀ ਆ ਜਾਣਗੇ, ਆਪ ਤੁਸੀਂ ਵਿਦੇਸ਼ ਚ ਬੈਠੇ ਹੋ, ਇੱਥੇ ਲੋਕਾਂ ਦੀ ਟੁਈ ਕਟਾਈ ਜਾਂਦੇ ਹੋ ਤੁਸੀਂ ਜੀ। ਇਸੇ ਕਰਕੇ ਮੈਂ ਸੋਚਦਾ ਵਾ ਵੀ ਇਹਨਾਂ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਗੁੰਮਰਾਹ ਨਹੀਂ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਸਹੀ ਗਾਈਡ ਕੀਤਾ ਜਾਣਾ ਚਾਹੀਦਾ ਤੁਸੀਂ ਕਰਨਾ ਕੀ ਹੈ ਜੀ। ਨਿਤਿਆਨੰਦ ਦਾ ਸੁਣਿਆ ਤੁਸੀਂ? ਹਾਂਜੀ, ਸਵਾਮੀ ਦਾ ਨਿਤਿਆਨੰਦ ਇੱਥੋਂ ਭਗੌੜਾ ਵਾ, ਬਲਾਤਕਾਰ ਦੇ ਕੇਸ ਵਿੱਚ ਉਹਨੇ ਇਕੁਆਡੋਰ ਦੇ ਉੱਪਰ ਕਹਿਤਾ ਪਾਤਾ ਆਪਣਾ ਸਟੇਟਸ ਵੀ, ਮੈਂ ਇੱਥੇ ਇੱਕ ਟਾਪੂ ਲੈ ਲਿਆ, ਮੈਂ ਇੱਥੇ ਇੱਕ ਵੱਖਰਾ ਹਿੰਦੁਸਤਾਨ ਸਾਰੂੰਗਾ ਜੀ। ਉੱਥੇ ਉਹਨੇ ਕਹਿੰਦਾ ਜੀ ਇੱਥੇ ਮੈਂ ਇਮਾਰਤਾਂ ਸਾਰੂੰਗਾ, ਇੱਥੇ ਮੈਂ ਬੈਂਕ ਵੀ ਲੰਘ ਕਰਦਾ, ਕਲਾਸ਼ਮਿਕ ਬਣਾਤਾ ਉੱਥੇ ਉਹਨੇ ਆਪਣਾ, ਕਿ ਕਰੰਸੀ ਬਣਾਤੀ ਉਹਨੇ, ਪਾਸਵਰਡ ਬਣਾਤਾ। ਜਦੋਂ ਇੱਥੇ ਸਾਡੇ ਆਪਣੇ ਮਾਨਯੋਗ ਤੜੇ ਮੰਨੇ ਸੀ ਉਹ ਜਸਟ ਦਲੀਪ ਸਿੰਘ ਚੌਹਾਨ, ਉਹਨਾਂ ਨੇ ਕੀਤਾ ਸੀ ਤੇ ਬੜੀ ਤਕਲੀਫ ਹੋਈ ਸੀ, ਅੱਜ ਕਿਉਂ ਨੀ ਫੜ ਕੇ ਲਿਆਉਂਦੇ ਉਹਨੂੰ ਮਾਰੋ ਤੁਸੀਂ ਜੀ, ਲਓ ਫੜ ਕੇ ਉਹਨੂੰ ਮਾਰੋ, ਤੁਹਾਡੇ ਬਾਹਰਲੇ ਦੇਸ਼ ਨੇ ਕਹਿੰਦੇ ਚੰਗੇ ਹੈਗੇ, ਉਹ ਭਗੌੜਾ ਵਾ ਪੰਜਾਬ ਇੰਡੀਆ ਦਾ, ਕਿਉਂ ਨੀ ਫੜ ਕੇ ਲਿਆਉਂਦੇ ਤੁਸੀਂ? ਇਸੇ ਕਰਕੇ ਅਸੀਂ ਉਹਨੂੰ ਵੀ ਕਹਿੰਦੇ ਹਾਂ ਭਾਈ ਵੀ ਇੱਥੇ ਲੋਕ ਸੁਖੀ ਵੱਸਦੇ ਨੂੰ ਵੱਸਦੇ ਰਹਿਣ ਦਿਓ, ਤੁਸੀਂ ਆਪ ਭਗੌੜੇ ਹੋ, ਤੁਹਾਡੇ ਤੇ ਬਲਾਤਕਾਰ ਦਾ ਕੇਸ ਆ, ਨਾਬਾਲਗ ਦਾ ਤੁਸੀਂ ਬਲਾਤਕਾਰ ਕੀਤਾ, ਜੇ ਤੁਸੀਂ ਚੁੱਪ ਕਰਕੇ ਜੇ ਤੇ ਆਪਣਾ ਕੰਮ ਕਰਨਾ ਕਰੀ ਜਾਓ, ਲੋਕਾਂ ਨੂੰ ਗੁਮਰਾਹ ਨਾ ਕਰੋ ਜੀ। ਇਸੇ ਕਰਕੇ ਆਪਾਂ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਇਹ ਗੱਲ ਕਹਿੰਦੇ ਹਾਂ ਵੀ ਭਾਜੀ ਤੁਸੀਂ ਜੇ ਸਿਸਟੇਮੈਟਿਕਲੀ ਮੂਵਮੈਂਟ ਨੀ ਚਲਾਓ, ਤੁਹਾਨੂੰ ਕੋਈ ਰੋਕਦਾ ਨੀ, ਤੁਸੀਂ ਖਾਲਸਾ ਦੀ ਸੜਕ ਜੋ ਮਰਜ਼ੀ ਮੰਗ ਕਰੋ, ਕੋਈ ਨੀ ਰੋਕਦਾ ਜੀ, ਲੇਕਿਨ ਨੌਜਵਾਨਾਂ ਨੂੰ ਥੋੜਾ ਜਿਹਾ ਇਸ ਗੱਲ ਤੋਂ ਬਚਾਉਣ ਦੀ ਲੋੜ ਆ। ਜਿਹੜੇ ਵੇਖੋ ਹੁਣ ਜਿਹੜਾ ਮੁੰਡਾ ਫੜਿਆ ਗਿਆ ਗੁਰਮੀਤ ਸਿੰਘ ਅੰਮ੍ਰਿਤਸਰ ਤੋਂ ਜੀ, ਪੁਲਿਸ ਮੰਨਦੀ ਨੀ ਸਾਡੀ ਹਰਸ ਹੈ, ਪੁਲਿਸ ਹਰਸ ਪੁਲਿਸ ਹਰਸ ਦੇ ਵਿੱਚ ਆ, ਉਹਦੇ ਪਿੰਡ ਜਦੋਂ ਕੱਲ ਪੱਤਰਕਾਰ ਦੀ ਟੀਮ ਗਈ, ਉਹ ਕਹਿੰਦੇ ਕਈ ਖਾਲਸਾ ਦੀ ਗੱਲ ਕਰਦੇ, ਸਾਨੂੰ ਪਤਾ ਹੀ ਨੀ ਕਿਹੜੀ ਗੱਲ ਹੋਈ ਤੁਹਾਡੀ। ਉਹ ਕਹਿੰਦੇ ਬਾਪੂ ਜੀ ਤੁਹਾਡਾ ਮੁੰਡਾ ਇਸ ਕੇਸ ਵਿੱਚ ਪੁਲਿਸ ਨੇ ਹਰਸ ਲਿਆ, ਕਹਿੰਦੇ ਹਰਸ ਲਿਆ ਕਹਿੰਦੇ ਜੀ, ਕਹਿੰਦੇ ਸਾਨੂੰ ਕੋਈ ਜਾਣਕਾਰੀ ਨਹੀਂ, ਉਹ ਤੇ ਮਤਲਬ 7-8 ਮਹੀਨੇ ਉਹ ਕਰਤਾਰਪੁਰ ਦੇ ਲਾਗੇ ਇੱਕ ਪਿੰਡ ਚ ਗ੍ਰੰਥੀ ਲੱਗਾ, ਉਹਨੇ ਆ ਕੇ ਕਿਹਾ ਜਦੋਂ ਵਿਆਹ ਦਿੱਤਾ ਉਹਨੇ ਕਿਹਾ ਜੀ ਵੇਖੋ ਮੈਂ ਗੁਮਰਾਹ ਹੋ ਕੇ ਇਹ ਕੰਮ ਕੀਤਾ ਸੀਗਾ, ਅੱਗੇ ਤੁਹਾਡੀ ਮਰਜ਼ੀ, ਮੈਨੂੰ ਛੱਡਣਾ ਛੱਡ ਦਿਓ, ਬਦਲਾਵਾਂ ਵਿੱਚ ਮਰਜ਼ੀ ਕਰ ਲਓ ਤੁਸੀਂ। ਉਹ ਗਰੀਬ ਬਜ਼ੁਰਗ ਮਾਰ ਦਿਓ ਉਸਨੇ ਜੀ, ਉਹ ਕਹਿੰਦੇ 22-23 ਸਾਡੀ ਸ਼ਾਮ ਨੂੰ ਉਹਨੇ ਗੱਲ ਹੀ ਮੁੜ ਕੇ ਉਹਦੇ ਸਾਡੀ ਫੋਨ ਤੇ ਕੋਈ ਗੱਲ ਨੀ ਹੋਈ ਅਜੇ ਤੱਕ, ਅਸੀਂ ਆਹ 3-3 ਸਾਡਾ ਬੰਦਾ ਕਿੱਥੇ ਚਲਾ ਗਿਆ। ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਵਾ ਅੱਗੇ ਲੋਕਾਂ ਨੇ ਬੜੀਆਂ ਜੁੱਤੀਆਂ ਖਾਂਦੀਆਂ, ਜਿਹਨਾਂ ਦੇ ਨੌਜਵਾਨ ਵਿਚਾਰੇ ਘਰਾਂ ਚੁੱਕੇ ਮਾਰ ਦਿੱਤੇ, ਉਹਨਾਂ ਦੇ ਚੁੱਲ੍ਹਿਆਂ ਚੰਗੇ ਘਾਹ ਹੋ ਗਿਆ, ਉਹ ਗਿਆ ਨੀ ਕਿਸੇ ਪਾਸੇ ਜੀ, ਉਹ ਨੀ ਪੁੱਟਿਆ ਗਿਆ ਜੇ ਸਰ। ਜੀ ਤੇ ਉਧਰ ਕਹਿੰਦੇ ਵੀ ਕਹਿੰਦੇ ਚੋਰ ਨੂੰ ਹੀ ਕੋਤਵਾਲ ਲਾਉਣ ਨੂੰ ਫਿਰਦੇ ਨੇ ਜਥੇਦਾਰ ਸਾਹਿਬ ਜੀ, ਕੀ ਕਰੀਏ ਜੀ, ਜਥੇਦਾਰ ਸਾਹਿਬ ਦੇ ਵੱਸੋਂ ਗੱਲ ਬਾਹਰ ਹੋ ਗਈ ਹੈ ਜੀ, ਇਸ ਕਰਕੇ ਵੱਸੋਂ ਗੱਲ ਬਾਹਰ ਹੋ ਗਈ ਆ ਵੀ ਜਿਹੜੀ ਡਾਕਟਰ ਈਸ਼ਰ ਸਿੰਘ ਐਡਵੋਕੇਟ ਨੇ ਰਿਪੋਰਟ ਸੌਂਪੀ ਆ ਉਹਦੇ ਵਿੱਚ 35 ਬੰਦੇ ਦੋਸ਼ੀ ਕਰਾ ਦਿੱਤੇ ਗਏ ਨੇ ਜੀ, ਜਿਹਦੇ ਵਿੱਚ ਇੱਕ ਪ੍ਰਧਾਨ ਤੋਂ ਲੈ ਕੇ ਸਮੁੱਚੀ ਐਗਜੈਕਟਿਵ ਸਾਬਕਾ ਚੀਫ ਸੈਕਟਰੀ, ਮਤਲਬ 16-17 ਬੰਦੇ ਤੇ ਹੀ ਹੋ ਜਾਂਦੇ ਜੀ, ਰੂਪ ਸਿੰਘ ਮੁੱਖ ਸਕੱਤਰ ਹੁਣ ਲੱਗਾ ਹੋਆ, ਮਨਜੀਤ ਸਿੰਘ ਸਕੱਤਰ, ਇਹ ਸਾਰੇ ਦੋਸ਼ੀ ਕਰਾ ਦਿੱਤੇ ਗਏ ਜੀ। ਹੁਣ ਉਹਨਾਂ ਨੂੰ ਤੁਸੀਂ ਕਹਿੰਦੇ ਕਾਰਵਾਈ ਕਰੋ, ਕੀ ਉਹ ਆਪਣੇ ਖਿਲਾਫ਼ ਕਾਰਵਾਈ ਕਰਨਗੇ ਜੀ? ਇਸ ਕਰਕੇ ਜਥੇਦਾਰ ਜੀ ਪਹਿਲਾਂ ਇਹ ਪ੍ਰਬੰਧਕੀ ਮਾਮਲਾ ਸੀ, SDPC ਸੀ ਕਾਰਵਾਈ ਕਰਨੀ, ਜੇ ਉਹਨਾਂ ਨੇ ਨਹੀਂ ਕੀਤੀ, ਤੁਹਾਡੇ ਕੋਲ ਮਾਮਲਾ ਆਇਆ ਸੀ ਤੇ ਤੁਸੀਂ ਲਿਖ ਕੇ ਭੇਜਿਓ ਵੀ ਇਹਨਾਂ ਬੰਦਿਆਂ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕਰਾਇਆ ਜਾਵੇ ਜੀ।
ਇਹ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਵਾ ਜੀ, ਇਹ ਬਰਗਾੜੀ ਨੂੰ ਘੱਟ ਨਹੀਂ। ਤੁਸੀਂ ਚੁੱਪ ਕਰਕੇ ਰਿਪੋਰਟ ਭੇਜ ਦਿੱਤੀ, ਆਹ ਰਿਪੋਰਟ ਆ ਗਈ ਆ, ਇਹਦੇ ਤੇ ਜਿਹੜੀ ਆ ਰਿਜੈਕਟਿਵ ਇਮੀਡੀਏਟਲੀ ਕਾਲ ਕਰਦੇ ਉੱਤੇ ਕਾਰਵਾਈ ਕਰੇ, ਤੇ ਉਹ ਰਿਜੈਕਟਿਵ ਚ ਅੱਧੇ ਬੰਦੇ ਉਹ ਬੈਠੇ ਨੇ ਉਸ ਤਰ੍ਹਾਂ ਦੇ ਦੋਸ਼ੀ ਜੀ, ਕੀ ਉਹ ਤਾਂ ਆਪਣੇ ਆਪ ਨੂੰ ਸਜ਼ਾ ਲਵਾ ਲੈਣਗੇ। ਜਿਹੜਾ ਹੁਣ ਜਿਹੜਾ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨ ਨੇ ਜਿਹੜੇ ਉਹਨਾਂ ਦੇ ਬੁਲਾਰੇ ਨੇ ਐਡਵੋਕੇਟ ਸਰਬਜੀਤ ਸਿੰਘ ਵਿਰਕਾ, ਉਹ ਕਹਿੰਦੇ ਜੀ 35 ਬੰਦੇ ਜਿਹੜੇ ਉਹਨਾਂ ਦੋਸ਼ੀ ਕਰਾਰ ਦਿੱਤੇ, ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਵੀ ਰਿਪੋਰਟ ਠੀਕ ਆ ਜੀ, ਰੌਲਾ ਪਾਉਂਦੇ ਰਹੇ ਆਪਾਂ, ਸ਼ੋਰ ਮਚਾਉਂਦੇ ਰਹੇ ਤੇ ਸਹੀ ਰਿਪੋਰਟ ਆਈ ਜੀ। ਉਹਦੇ ਵਿੱਚ ਜਿਹੜਾ ਇਹਨਾਂ ਦਾ CA ਸਾਲ ਦਾ ਮੇਰੇ ਖਿਆਲ ਕੋਈ 1 ਕਰੋੜ ਰੁਪਏ ਤਨਖਾਹ ਲੈਂਦਾ, ਉਹ ਵੀ ਬੰਦਾ ਸ਼ਾਮਿਲ ਕੀਤਾ ਉਹਨਾਂ ਨੇ ਵੀ, ਇਹ ਵੀ ਦੋਸ਼ੀ ਵਿੱਚ ਜੀ। ਪੂਰੇ ਮਿਲਾ ਕੇ 35 ਬੰਦੇ ਦੋਸ਼ੀ ਆ, ਤੇ ਹੁਣ ਇਹ ਆ ਵੀ ਜੇ ਇਹਨਾਂ ਪਰਚਾ ਦਰਜ ਨੇ ਕਰਾਇਆ ਤੇ ਅਸੀਂ ਪਰਚਾ ਦਰਜ ਕਰਾਵਾਂਗੇ, ਜਿਹੜੇ ਆ ਤੁਹਾਡੇ ਅਧਿਕਾਰੀ ਨੇ ਉਹਦੇ ਤਰ੍ਹਾਂ ਵੱਡੇ ਵੱਡੇ ਜੀ, ਜਿਹਦੇ ਵਿੱਚ ਮਹਿਤਾ ਵੀ ਆ, ਮੇਸਰ ਖਿਆਲਸਾ ਵੀ ਆ, ਕਈ ਬੰਦੇ ਇਹੋ ਜਿਹੇ ਹੈਗੇ ਆ ਜੀ। ਉਹ ਬੰਦਿਆਂ ਨੂੰ ਚਾਹੀਦਾ ਵੀ ਬਿਨਾਂ ਕਿਸੇ ਦੇਰੀ ਤੋਂ ਆਪਣੇ ਅਹੁਦਿਆਂ ਤੋਂ ਨੀ, ਮੁੱਢਲੀ ਮੈਂਬਰਸ਼ਿਪ ਤੋਂ, ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇ ਕੇ ਘਰ ਨੂੰ ਚਲ ਜਾਣ ਜੀ, ਤੇ ਅਕਾਲ ਤਖ਼ਤ ਤੇ ਆ ਕੇ ਆਪਣੀ ਖਿਮਾ ਜਾਚ ਲਈ। ਅਰਦਾਸ ਸਿੰਘ ਕੋਲ ਸਾਡੇ ਕੋਲ ਗਲਤੀ ਹੋਈ, ਉਹ ਕਿਸੇ ਨੀ ਕਰਨਾ ਜੀ। ਇਸੇ ਕਰਕੇ ਜੇ ਚੋਰਾਂ ਨੂੰ ਕਹਿਤਾ ਵੀ ਚੋਰਾਂ ਨੂੰ ਤੁਸੀਂ ਆਪਣੇ ਆਪ ਨੂੰ ਸਜ਼ਾ ਸੁਣੋ, ਕੌਣ ਸੁਣਾਊਗਾ ਜਹੇਦਾਰ ਜੀ, ਤੁਸੀਂ ਆਪ ਸਿਆਣੇ ਜੀ। ਇਸ ਕਰਕੇ ਉਹਨਾਂ ਨੇ ਭੇਜ ਦਿੱਤੀ ਆ, ਇਹ ਤੇ ਹੋਣਾ ਕੋਈ ਨੀ, ਹੋਣਾ ਕੀ ਆ, ਹੋਏਗਾ। ਹੁਣ ਇਹ ਵੀ ਇਹਨਾਂ ਨੇ ਓਬਜੈਕਟਿਵ ਦੀ ਮੀਟਿੰਗ ਕਹਿਤੀ ਆ, ਜਿਹੜੀ ਉਦੋਂ ਦੀ ਓਬਜੈਕਟਿਵ ਸੀ ਉਹ ਸਮੇਤ ਮੁੱਖ ਸਕੱਤਰ ਕਹਿਤਾ ਵੀ ਆ ਕੇ ਜਿਹੜੀ ਸਾਡੀ 18 ਸਤੰਬਰ ਨੂੰ ਆ ਕੇ ਕੱਲ ਤੱਕ ਤੇ ਪੇਸ਼ ਹੋਵੇ ਜੀ, ਉਹ ਪੇਸ਼ ਹੋ ਜਾਣਗੇ। ਇਹ ਕਹਿੰਦੇ ਵੀ ਚਾਹਦੇ ਨੇ ਬਾਟੀਆਂ ਮਾਜ ਲਓ ਤੇ ਸੰਗਤਾਂ ਦੇ ਜਿਹੜੇ ਸੰਗਤਾਂ ਦੇ ਜੁੜੇ ਸਾਫ਼ ਕਰ ਦੇ, ਠੀਕ ਹੈ ਜੀ। ਲੇਕਿਨ ਨਹੀਂ, ਉਹਨਾਂ ਲੋਕਾਂ ਨੇ ਉਸ ਟਾਈਮ ਤੇ ਪਛਤਾਤਾਪ ਦਾ ਨਾ ਖੰਡ ਪਾਠ ਕਰਾਇਆ, ਨਾ ਪਛਤਾਤਾਪ ਕੀਤਾ, ਨਾ ਸਹੀ ਜਾਣਕਾਰੀ ਲੋਕਾਂ ਨੂੰ ਦਿੱਤੀ, ਨਾ ਸੰਗਤਾਂ ਨੂੰ ਦਿੱਤੀ, ਨਾ ਆਪਣੇ ਕੋਲ ਰੱਖੀ ਜੀ, ਉਹ ਵੀ ਦੋਸ਼ੀ ਨੇ। ਇਹਨਾਂ ਸਾਰਿਆਂ ਨੂੰ ਜਹੇਦਰ ਅਕਾਲ ਤਖ਼ਤ ਤੋਂ ਹੁਕਮ ਹੋਣਾ ਚਾਹੀਦਾ ਵੀ ਤੁਸੀਂ ਮੈਂਬਰ ਬਣਦੇ ਲਾਇਕ ਨਹੀਂ ਜੀ, ਤੁਹਾਡੀ ਮੈਂਬਰਸ਼ਿਪ ਖਾਰਜ ਕੀਤੀ ਜਾਂਦੀ, ਉਹਨਾਂ ਕੋਲ ਅਸਤੀਫੇ ਲੈ ਜਾਣ ਤੇ ਘਰ ਨੂੰ ਤੁਰਿਆ ਜਾਵੇ। ਗਾਂ ਇਹੋ ਜਿਹੀ ਗਲਤੀ ਕੋਈ ਕਰੇ ਨਾ, ਲੇਕਿਨ ਇਹ ਗੱਲ ਕਿਸੇ ਕਰਨੀ ਨਹੀਂ ਜੀ, ਜੇ ਇਹ ਗੱਲ ਕਰਨੀ ਹੋਣੀ ਤੇ ਫਿਰ ਜਹੇਦਰ ਸਾਹਿਬ ਰਿਪੋਰਟ ਜਿਹੜੀ ਸੀ ਬੰਦ ਦੀ ਅਗਰ ਫਾਈਲ ਚ ਰੱਖ ਕੇ ਨਾ ਭੇਜ ਦਿੰਦੇ SGPC ਵਾਲੇ ਪਾਸੇ, ਤੇ ਹੁਣ ਉੱਥੇ ਮੀਟਿੰਗ ਹੋਏਗੀ, ਮੀਟਿੰਗ ਚ ਫਿਰ ਕਮੇਟੀ ਬਣੇਗੀ ਜੀ, ਉਹ ਕਮੇਟੀ ਦੀ ਰਿਪੋਰਟ ਕਦੋਂ ਆਉਂਦੀ ਆ ਜੀ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਆਪਾਂ ਇੱਕ ਕਾਲ ਲੈ ਲਈਏ ਜੀ, ਬ੍ਰਹਮਪੁਰ ਤੋਂ ਗੁਰਦੀਪ ਸਿੰਘ ਮਾਨ ਨੇ ਸਾਡੇ ਨਾਲ, ਉਹਨਾਂ ਨਾਲ ਆਪਾਂ ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ, ਵਟਸਐਪ 'ਤੇ ਆਉਣੇ ਰਹੋ ਜੀ ਮਾਨ ਸਾਹਿਬ, ਚਲੋ ਕਾਲ ਚਲੀ ਗਈ। ਅਤੇ ਪੱਟੀ ਸਾਹਿਬ ਅੱਗੇ ਕਰੀਏ ਤਾਂ ਜਿਹੜੇ ਆਪਣੇ ਨਾਮਧਾਰੀਆਂ ਦੇ ਮਾਮਲੇ ਦੇ ਉੱਤੇ ਜਥੇਦਾਰਾਂ ਦੇ ਹੁਕਮ ਹੋਏ ਜਿਹੜੇ, ਉਹ ਕਈ ਬਣਿਆ ਉਹਨਾਂ ਦਾ ਜੀ? ਨਾਮਧਾਰੀਆਂ ਜਿਹੜੇ ਆ ਉਹ ਤੁਹਾਨੂੰ ਪਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਜੀ, ਉਹ ਇੱਕ ਪੋਥੀ ਮੰਨਦੇ, ਉਹਨਾਂ ਦੇ ਆਪਣੇ ਸਤਿਗੁਰ ਨੇ, ਫਲਾਣਾ ਸਤਿਗੁਰ ਤੇ ਚਿੰਗਲਾ ਸਤਿਗੁਰ ਤੇ ਔਂਕਲ। ਹੁਣ ਇਹਨਾਂ ਨੇ ਇੱਕ ਗੁਟਕਾ ਛਪਾਇਆ, ਧਾਰਮਿਕ ਪੋਥੀਆਂ ਛਪਾਈਆਂ, ਉਹਦੇ ਵਿੱਚ ਆਪਣੇ ਗੁਰੂਆਂ ਦੇ ਨਾਂ ਦਿੱਤੇ ਨੇ ਜੀ, ਜਦੋਂ ਕਿ ਅਕਾਲ ਤਖ਼ਤ ਤੋਂ ਆਦੇਸ਼ ਆ ਵੀ ਕਿਸੇ ਵੀ ਗੁਟਕੇ ਦੇ ਨਾਲ, ਕਿਸੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸੇ ਕਿਸਮ ਦੀ ਕੋਈ ਦੂਸਰੇ ਬੰਦੇ ਦਾ ਨਾਂ ਨਹੀਂ ਆਊਗਾ ਜੀ, ਲੇਕਿਨ ਇਹਨਾਂ ਨੇ ਉਹ ਛੁਪਾਏ। ਉਹ ਮਾਮਲਾ ਜਿਹੜਾ ਸੀ ਅਕਾਲ ਤਖ਼ਤ SGPC ਦੇ ਪ੍ਰਧਾਨ ਕੋਲੇ ਗਿਆ, ਲੈ ਕੇ ਗਿਆ ਬਲਦੇਵ ਸਿੰਘ ਸਿਰਸਾ, ਜਿਹੜਾ ਇਹੋ ਜਿਹੇ ਮੁੱਦੇ ਆਮ ਉਠਾਉਂਦਾ ਰਹਿੰਦਾ ਜੀ। ਉਹਨਾਂ ਨੇ ਇਹ ਮਾਮਲਾ ਜਿਹੜਾ ਸੀ ਧਰਮ ਪ੍ਰਚਾਰ ਕਮੇਟੀ ਨੂੰ ਦੇ ਦਿੱਤਾ। ਧਰਮ ਪ੍ਰਚਾਰ ਕਮੇਟੀ ਨੇ ਬਕਾਇਦਾ ਤੌਰ ਤੇ ਪੜਤਾਲ ਕੀਤੀ ਤੇ ਪੜਤਾਲ ਦੇ ਵਿੱਚ ਉਹਨਾਂ ਨੇ ਦੋਸ਼ੀ ਪਾਇਆ ਉਹਨਾਂ ਨੂੰ, ਸੋਰੀ ਪਹਿਲਾਂ ਸਿੱਖ ਇਤਿਹਾਸ ਰਿਸਰਚ ਬੋਰਡ ਨੂੰ ਮੁਕੱਦਮਾ ਦਿੱਤਾ ਗਿਆ ਤੇ ਉਹਨਾਂ ਨੇ ਦੋਸ਼ੀ ਪਾਇਆ ਵੀ ਦੋਸ਼ੀ ਨੇ ਜੀ। ਮੁੜ ਕੇ ਪ੍ਰਧਾਨ ਨੇ ਚੁੱਕ ਕੇ ਉਹ ਰਿਪੋਰਟ ਵੀ ਤੇ ਭੇਜਤਾ ਅਕਾਲ ਤਖ਼ਤ ਤੇ, ਅਕਾਲ ਤਖ਼ਤ ਨੇ ਧਰਮ ਪ੍ਰਚਾਰ ਕਮੇਟੀ ਨੂੰ ਲਿਖਤਾ, ਧਰਮ ਪ੍ਰਚਾਰ ਕਮੇਟੀ ਨੇ ਪੜਤਾਲ ਕੀਤੀ ਵੀ ਇਹਨਾਂ ਲੋਕਾਂ ਦੇ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਜੀ। ਉਹ ਫਿਰ ਅਕਾਲ ਤਖ਼ਤ ਆ ਗਿਆ, ਜਦੋਂ ਅਕਾਲ ਤਖ਼ਤ ਤੇ ਆ ਗਿਆ ਤੇ ਜਥੇਦਾਰ ਅਕਾਲ ਤਖ਼ਤ ਨੇ ਸਟਰੋਂਗ ਲੈਟਰ ਲਿਖ ਕੇ ਭੇਜੀ SGPC ਨੂੰ ਜੀ, ਤੇ ਆ ਲੋਕ ਜਿਹੜੀਆਂ ਦੋ ਸਾਡੀਆਂ ਜਥੇਬੰਦੀਆਂ ਨੇ, ਸਿੱਖ ਇਤਿਹਾਸ ਰਿਸਰਚ ਬੋਰਡ ਤੇ ਨਾਲ ਸਾਡਾ ਜਿਹੜੀ ਧਰਮ ਪ੍ਰਚਾਰ ਕਮੇਟੀ, ਇਹਨਾਂ ਦੋਵਾਂ ਨੇ, ਤੇ ਤੀਜੀ ਕਮੇਟੀ ਜਿਹੜੀ SGPC ਨੇ ਬਣਾਈ ਸੀ ਇੱਕ ਮੈਂਬਰਾਂ ਦੀ ਸਬ ਕਮੇਟੀ, ਉਹਨੇ
ਤਿੰਨਾਂ ਕਮੇਟੀਆਂ ਨੇ ਰਿਪੋਰਟ ਖਿਲਾਫ ਦਿੱਤੀ ਵੀ ਇਹਨਾਂ ਨੇ ਗਲਤ ਕੀਤਾ, ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਜਾਵੇ ਜੀ। ਜਹੇਦਾਰ ਨੇ ਆਦੇਸ਼ ਦਿੱਤੇ ਅਸੀਂ ਪੀਸੀ ਨੂੰ ਜੀ ਨੇ ਉਹਦੇ ਹੁਕਮ ਲਾਗੂ ਕਰਾਉਣੇ ਆ, ਲੇਕਿਨ ਅੱਜ ਤੱਕ 2018 ਦੀ ਗੱਲ ਅੱਜ ਤੱਕ ਤੇ ਪਰਚਾ ਦਰਜ ਨਹੀਂ ਹੋਇਆ ਜੀ। ਤੇ ਫਿਰ ਜਹੇਦਾਰ ਸਾਹਿਬ ਵਿਚਾਰੇ ਆਪ ਬੜੇ ਭੋਲੇ ਨੇ, ਲਾਚਾਰ ਨੇ, ਜਿਹਦੇ ਕਰਕੇ ਉਹਨਾਂ ਨੇ ਇਹ ਜਿਹੜੀ ਰਿਪੋਰਟ ਆ ਆਪਣੀ ਜਿਹੜੀ ਜਗਪ੍ਰੀਤ ਸਿੰਘ ਵਾਲੀ 260 ਰੁਪਏ ਵਾਲੀ ਚੁੱਪਚਾਪ ਪੀਤੀ ਬੀਬੇ ਬਣ ਕੇ ਵੀ ਐਸੀ ਦਿੱਤੀ ਆਪੇ ਆਪਣੀ ਕਾਰਵਾਈ ਕਰ। ਤੇ ਚਾਹੀਦਾ ਇਹ ਸੀ ਵੀ ਜੇ ਜਥੇਦਾਰ ਨੇ ਤੁਹਾਨੂੰ ਲਿਖਿਆ ਤੇ ਕਾਰਵਾਈ ਕਰੋ। ਭਾਈ ਰਣਜੀਤ ਸਿੰਘ ਹੁੰਦਾ ਸੀ ਉਹ ਕਹਿੰਦਾ ਸੀ ਵੇਖੋ ਅਕਾਲ ਤਖ਼ਤ ਤੋਂ ਜਿਹੜੇ ਹੁਕਮਨਾਮਾ ਹੁੰਦਾ ਵਾ ਉਹ ਜਿਹੜੀਆਂ ਅਕਾਲ ਤਖ਼ਤ ਨੂੰ ਧਾਰਮਿਕ ਜਥੇਬੰਦੀਆਂ ਸਪੋਂਸਰ ਨੇ ਉਹ ਤੇ ਸ਼੍ਰੋਮਣੀ ਕਮੇਟੀ ਨੇ ਲਾਗੂ ਕਰਾਉਣਾ ਹੁੰਦਾ ਜੀ। ਜੇ ਉਹ ਲਾਗੂ ਕਰਾਉਣ ਨੂੰ ਤਿਆਰ ਨਹੀਂ ਸੀ ਤੇ ਫਿਰ ਜਹੇਦਾਰ ਦੀ ਲੋੜ ਕੀ ਹੈ? ਕਿਉਂ ਜਹੇਦਾਰ ਨੂੰ ਭਾ ਕੇ ਬੈਠੇ ਵਿਚਾਰੇ ਨੂੰ ਤੁਸੀਂ? ਜੇ ਉਹ ਕਿਸੇ ਹੋਰ ਨੂੰ ਮੌਕਾ ਗਰੀਬ ਨੂੰ ਆ ਕੇ ਇੱਥੇ ਸੰਭਾਲੇ ਤੇ ਕੰਮ ਕਰਿਓ ਜੀ। ਹੁਣ ਜਹੇਦਾਰ ਨੇ ਤੁਸੀਂ ਆਖੇ ਨੀ ਲੱਗਣਾ ਤੇ ਫਾਇਦਾ ਕੀ? ਇਸ ਕਰਕੇ ਨਾਮਧਾਰੀਆਂ ਦੇ ਖਿਲਾਫ਼ ਕੋਈ ਉਦੋਂ ਤੱਕ ਕਾਰਵਾਈ ਨਹੀਂ ਹੋਈ ਕਿਉਂਕਿ ਇੱਕ ਪਰਿਵਾਰ ਦਾ ਉਹਨੂੰ ਵੋਟਾਂ ਚਾਹੀਦੀਆਂ ਨੇ, ਵੋਟਾਂ, ਬਾਕੀ ਜੋ ਮਰਜ਼ੀ ਉਹਦੀ ਕੋਈ ਦੁਆ ਨਹੀਂ ਜੀ। ਜੀ ਜੀ ਜੀ, ਸਥਿਤੀ ਬੜੀ ਕੀ ਕਹੀਏ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਪੰਜਾਬ ਤੋਂ ਬਾਹਰ ਨਿਕਲੀਏ, ਚੰਡੀਗੜ੍ਹ ਪਹੁੰਚੀਏ ਜਿੱਥੇ ਅੱਜ ਸੁਮੇਧ ਸੈਣੀ ਦੀ ਅਦਾਲਤ 'ਚ ਪੇਸ਼ੀ ਸੀ ਜੀ, ਕੀ ਬਣਿਆ? ਵੇਖੋ ਜੀ ਇਹ ਹਾਈ ਫਾਈ ਕੇਸ ਆ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਇਹ ਕੇਸ ਲਮਕ ਜਾਂਦੇ ਹੁੰਦੇ ਜੀ। 29 ਸਾਲ ਪਹਿਲਾਂ ਇਹ ਕੇਸ ਨੂੰ ਫੋਲੋ ਕਰਦੇ ਆ ਲੰਘੇ ਤੇ ਹੁਣ ਪਤਾ ਨੀ ਕਿੰਨਾ ਸਮਾਂ ਲੰਘ ਜਾਣਾ ਕਿ ਇਹ ਕੇਸ ਇੱਦਾਂ ਹੀ ਚੱਲਦੇ ਰਹਿਣ ਜੀ। 3 ਦਿਨ ਬਾਅਦ ਉਹਨੂੰ ਨੋਟਿਸ ਦੇ ਕੇ ਉਹਦੇ ਤੇ ਐਫ ਆਈ ਦਰਜ 300(2) ਜੋੜ ਦਿੱਤੀ ਗਈ ਤੇ ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਅਦਾਲਤ ਨੇ 2 ਦਿਨ ਦੀ ਉਹਨੂੰ ਰਾਹਤ ਦੇ ਦਿੱਤੀ ਜੀ। ਸੈਣੀ ਨੂੰ 2 ਦਿਨ ਦੀ ਰਾਹ ਦਿੱਤੀ ਵੀ 2 ਦਿਨ ਇਹਨੂੰ ਇਹਦੀ ਅਰੈਸਟ ਕੀਤੀ ਜਾਂਦੀ ਆ ਤੇ 2 ਦਿਨ ਬਾਅਦ 27 ਤਰੀਕ ਨੂੰ ਫਿਰ ਜਿਹੜੀ ਉਹ ਅਸੀਂ ਦੇਖਾਂਗੇ ਫਿਰ ਸੋਚਾਂਗੇ ਕੀ ਕਰਨਾ ਜੀ। ਜੇ ਉਹਨੂੰ ਇੰਟਰਮ ਬੇਲ ਦੇ ਦਿੱਤੀ ਤੇ ਉਹ ਚੌੜਾ ਹੋ ਕੇ ਚੰਡੀਗੜ੍ਹ ਦੇ ਬਾਜ਼ਾਰਾਂ 'ਚ ਤੇ ਮੋਹਾਲੀ ਦੇ ਬਾਜ਼ਾਰਾਂ 'ਚ ਘੁੰਮੇਗਾ, ਜੋ ਕਰਨਾ ਮੇਰਾ ਕਰ ਲਓ ਤੁਸੀਂ ਜੀ। ਲੇਕਿਨ ਮੈਨੂੰ ਸਮਝ ਨਹੀਂ ਆਈ ਜਿਹੜੇ ਜਸਟਿਸ ਅਜੀਤ ਸਿੰਘ ਦੇ ਬੇਟੇ ਨੇ ਮਿਸਟਰ ਬੈਂਸ ਹੋਏ ਜਸਟਿਸ ਸੀ ਉਹਨਾਂ ਦੀ ਇੱਕ ਗੱਲ ਵੱਖਰੀ ਸੀ। ਉਹ ਕਹਿੰਦੇ ਆ ਜੀ, ਉਹ ਕਹਿੰਦੇ ਵੀ ਇਹਨਾਂ ਦੀ ਅਰੈਸਟ ਦੀ ਕੋਈ ਲੋੜ ਨਹੀਂ। ਅਰੈਸਟ ਦੀ ਲੋੜ ਤਦ ਹੁੰਦੀ ਆ ਜੇ ਇਹਨਾਂ ਕੋਲ ਬਰਾਮਦਗੀ ਕਰਨੀ ਆ ਤੇ ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਆ, ਤੁਸੀਂ ਕੇਸ ਚਲਾਓ, ਉਹਦੀ ਜਿਹੜੀ ਆ ਚਾਰਜਸ਼ੀਟ ਅਦਾਲਤ ਪੇਸ਼ ਕਰੋ, 2-4 ਮਹੀਨੇ ਚ ਇਹਦਾ ਫੈਸਲਾ ਸੁਣਾਓ ਤਾਂ ਕਿ ਬੰਦਾ ਅੰਦਰ ਹੀ ਦਿੱਤਾ ਜਾ ਸਕੇ ਜੀ। ਲੇਕਿਨ ਉਹਨਾਂ ਵੀ ਇਹ ਚਿੰਤਾ ਪ੍ਰਗਟ ਕੀਤੀ ਸੀ ਵੀ ਇਹ ਹਾਈ ਫਾਈ ਕੇਸ ਹੈ ਤੇ ਹਾਈ ਫਾਈ ਕੇਸ ਦੇ ਵਿੱਚ ਜਿਹੜਾ ਵਾ ਵਾਧਾ ਮਾਸ ਗਵਾਹ ਵੀ ਮੁੱਕਰ ਜਾਂਦੇ ਹੁੰਦੇ ਕਿਉਂਕਿ ਰਵੀ ਸਿੱਧੂ ਵਾਲੇ ਕੇਸ ਇੱਦਾਂ ਹੀ ਹੋਇਆ ਸੀਗਾ, ਕੋਈ ਸਾਥੀ ਵਾਧਾ ਮਾਸ ਗਵਾਹ ਮਰ ਗਏ ਸੀ, ਮੁੜ ਕੇ ਬਾਅਦ ਚ ਮੁੱਕਰ ਗਏ ਸੀ ਜਾਂ ਮਕਰਾਤ ਤੇ ਸੀ ਜੀ। ਤੇ ਜਦੋਂ ਵਾਧਾ ਮਾਸ ਗਵਾਹ ਮੁੱਕਰ ਜਾਂਦਾ ਫਿਰ ਕੇਸ ਦੇ ਪੱਲੇ ਕੱਖ ਨਹੀਂ ਰਹਿੰਦਾ। ਲੇਕਿਨ ਇਹਦੇ ਵਿੱਚ ਇੱਕ ਗੱਲ ਜ਼ਰੂਰ ਜੱਜਾਂ ਨੇ ਕੀਤੀ, ਜੱਜ ਨੇ ਕਿਹਾ ਤੁਸੀਂ ਵਾਧਾ ਮਾਫ ਗਵਾਹ ਬਣ ਲੱਗੇ ਹੋ, ਜੇ ਕੱਲ ਨੂੰ ਮੁੱਕਰੇ ਤੇ ਜੋ ਸਜ਼ਾ ਸੈਣੀ ਨੂੰ ਮਿਲੇਗੀ ਉਹ ਤੁਹਾਨੂੰ ਮਿਲੇਗੀ ਜੀ, ਤੁਹਾਡਾ ਕੋਈ ਜਾਇਜ਼ ਨਹੀਂ ਕੀਤਾ ਜਾਊਗਾ। ਇਸ ਕਰਕੇ ਮੈਨੂੰ ਨੀ ਉਮੀਦ ਵੀ ਸੈਣੀ ਦੀ ਕੋਈ ਅਰੈਸਟ ਹੋ ਸਕੇ ਹਾਲ ਦੀ ਨੇੜੇ ਭਿੱਖ ਦੇ ਵਿੱਚ, ਕਿਉਂਕਿ 2 ਦਿਨ ਦਾ ਟਾਈਮ ਦਿੱਤਾ, 2 ਦਿਨ ਬਾਅਦ ਇੰਟਰਨ ਬੇਲ ਦੇ ਦੇਣਗੇ ਉਹਨੂੰ, ਅੱਗਾਂ ਸਰਕਾਰ ਕੇਸ ਕਿੰਨਾ ਕੁ ਲੰਮਾ ਕਰਦੀ ਆ, ਹੋ ਸਕਦਾ ਵੀ ਇਹ ਕੇਸ 2022 ਤੱਕ ਲੰਮਾ ਹੋ ਜਾਵੇ ਵੀ ਅਸੀਂ ਅਗਲੀ ਇਲੈਕਸ਼ਨ ਜਿੱਤ ਲਈਏ ਕੇਸ ਦਾ। ਬਿਲਕੁਲ, ਹੁਣ ਸੈਣੀ ਨੂੰ ਵੋਟਾਂ ਦਾ ਨਲਕਾ ਬਣਾ ਲੈਣਾ। ਆਪਾਂ ਵਟਸਐਪ ਕਾਲ ਲੈ ਲਈਏ ਜੀ 92। ਹਾਂਜੀ ਵਟਸਐਪ ਕਾਲ ਤੇ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵਟਸਐਪ ਕਾਲ ਤੇ ਆਉਣੇ ਰਹੋ। ਆਪਣਾ ਸਿਸਟਮ ਚੈੱਕ ਕਰੋ ਜੀ, ਕਿਤੇ ਗੜਬੜ ਨਾ ਹੋ ਜਾਵੇ। ਹਾਂਜੀ, ਮੇਰਾ ਸਿਸਟਮ ਸਹੀ ਹੋ ਕਈ ਵਾਰੀ। ਹੈਲੋ, ਵਟਸਐਪ ਕਾਲ ਤੇ ਆਉਣੇ ਰਹੋ ਜੀ। ਚਲੋ, ਕਈ ਵਾਰੀ ਭਾਈ ਸਾਹਿਬ ਉਹ ਬਿਜ਼ੀ ਹੋ ਜਾਂਦੇ ਨੇ ਜੀ, ਕਿਉਂਕਿ ਉਹ ਮੇਰੀ ਗੁਜ਼ਾਰਿਸ਼ ਹੈ ਜੀ, ਜਦੋਂ ਤੁਹਾਨੂੰ ਰੇਡੀਓ ਪੰਜਾਬ ਟੂਡੇ ਦੇ ਜਦੋਂ ਵੀ ਕਿਸੇ ਨੰਬਰ 'ਤੇ ਕਾਲ ਕਰਦੇ ਹੋ, ਤੁਹਾਨੂੰ ਸਾਡੀ ਆਵਾਜ਼ ਸੁਣਨੀ ਸ਼ੁਰੂ ਹੋ ਜੇ ਤਾਂ ਸਮਝੋ ਕਿ ਤੁਸੀਂ ਸਟੂਡੀਓ ਨਾਲ ਅਟੈਚ ਹੋ ਚੁੱਕੇ ਹੋ। ਅਤੇ ਜਦੋਂ ਤੁਸੀਂ ਸਟੂਡੀਓ ਨਾਲ ਅਟੈਚ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਤੁਸੀਂ ਸਾਡੇ ਨਾਲ ਆਪਣਾ ਸਾਡੀ ਗੱਲਬਾਤ ਜਿਹੜੀ ਹੈਗੀ ਆ ਉਹ ਸੁਣਨੀ ਸ਼ੁਰੂ ਹੋ ਗਈ ਤਾਂ ਅਸੀਂ ਤੁਹਾਡੀ ਕਾਲ ਮੌਕੇ 'ਤੇ ਲੈ ਲਾਂਗੇ। ਸੋ ਪੱਟੀ ਸਾਹਿਬ, ਅਗਲੀ ਚਰਚਾ ਜਿਹੜੀ ਹੈ ਖਬਰ ਦੀ ਕਰੀਏ ਤਾਂ ਪ੍ਰਸ਼ਾਂਤ ਭੂਸ਼ਣ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਅਟਾਰਨੀ ਜਨਰਲ ਕਹਿੰਦੇ
ਸਿੱਧੇ ਹੋ ਗਏ ਨੇ ਤੇ ਕੀ ਹੈ ਜੀ ਅਪਡੇਟ? ਵੇਖੋ ਜੀ, ਅਟਾਰਨੀ ਜਨਰਲ ਨੇ ਜੱਜਾਂ ਨੂੰ ਸਪਸ਼ਟ ਕਹਿਤਾ ਵੀ ਵੇਖੋ ਤੁਸੀਂ ਇੱਕ ਪ੍ਰਸ਼ਾਦ ਪੁੱਛਣ ਦੀ ਗੱਲ ਕਰਦੇ, ਗੱਲ ਤੇ ਮੋਟਰਸਾਈਕਲ ਤੇ ਹੈਲਮਟ ਨਾ ਪਾਉਣਾ ਤੇ ਨਾ ਤੁਹਾਡੀ ਉਹ ਪਾਉਣੀ ਸੀ ਆਪਣੀ ਉਹ ਮਾਸਕ ਨਾ ਪਾਉਣਾ ਤੇ ਬੀਜੇਪੀ ਦੇ ਇੱਕ ਲੀਡਰ ਦਾ ਮੋਟਰਸਾਈਕਲ ਜਿਹੜੇ ਧੁੱਕ ਲੈ ਰਹੇ ਤੁਸੀਂ, ਉਹਨੇ ਟਵੀਟ ਕੀਤਾ, ਉਹਨੂੰ ਟਵੀਟ ਬਣਾ ਕੇ ਜਿਹੜਾ ਵਾ ਇਹ ਮਾਮਲਾ ਉਭਰਿਆ। ਉਹ ਕਹਿੰਦਾ ਜੀ ਜੇ ਤੁਸੀਂ ਅਦਾਲਤ ਦੀ ਮਾਨ ਮਾਨੀ ਕਹਿੰਦੇ ਮੰਨ ਲਿਆ, ਉਹਨੇ ਮਾਨਾ ਨਹੀਂ ਕੀਤੀ, ਉਹ ਕਹਿੰਦਾ ਮੈਂ ਮਾਫ਼ੀ ਨਹੀਂ ਮੰਗਦਾ। ਕਹਿੰਦਾ ਪ੍ਰਸ਼ਾਂਤ ਭੂਸ਼ਣ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿੰਨੇ ਜੱਜ ਸਾਡੇ ਦੋਸ਼ ਲਾ ਚੁੱਕੇ ਨੇ ਕਿ ਸੁਪਰੀਮ ਕੋਰਟ ਸਭ ਅੱਛਾ ਨਹੀਂ ਹੈਗਾ। ਜੇ ਜੱਜ ਸਾਡੇ ਦੋਸ਼ ਲਾ ਚੁੱਕੇ ਤੇ ਫਿਰ ਅਸੀਂ ਇੱਕ ਵਕੀਲ ਨੂੰ ਦੋਸ਼ੀ ਕਿਵੇਂ ਠਹਿਰਾ ਸਕਦੇ? ਇਸ ਕਰਕੇ ਇਹਨੂੰ ਬਿਨਾਂ ਸ਼ਰਤ ਮਾਫ਼ੀ ਦਿੱਤੀ ਜਾਵੇ, ਇਹ ਕੇਸ ਜਿਹੜਾ ਖਤਮ ਕੀਤਾ ਜਾਵੇ। ਅਜੇ ਜੱਜ ਚੁੱਪ ਨੇ, ਉਹਨਾਂ ਕੋਈ ਫੈਸਲਾ ਦਿੱਤਾ ਨਹੀਂ, ਲੇਕਿਨ ਜਿਹੜੇ ਸਾਡੇ ਮਾਨਯੋਗ ਚੀਫ ਜਸਟਿਸ ਸਿੰਘ ਜਸਟਿਸ ਸਾਹਿਬ ਨੇ ਉਹ ਸਤੰਬਰ ਦੇ ਪਹਿਲੇ ਹਫ਼ਤੇ ਰਿਟਾਇਰ ਹੋ ਰਹੇ ਨੇ ਜੀ। ਉਹ ਸੋਚਦੇ ਵੀ ਮੈਂ ਹੁਣ ਇਹ ਕਾਂ ਮਾਰ ਕੇ ਟੰਗ ਜਾਵਾਂ, ਲੇਕਿਨ ਇਹ ਕਾਂ ਮਾਰਿਆ ਟੰਗਿਆ ਮੁੜ ਕੇ ਆਮ ਆਦਮੀ ਤੁਹਾਡੇ ਲਈ ਸਾਡੇ ਲਈ ਪੱਤਰਕਾਰ ਜਿਹੜੇ ਮਿੰਟੋ ਮਿੰਟੀ ਕਾਬੂ ਕਰਨਗੇ। ਦੇਖੋ ਜੀ ਸੁਪਰੀਮ ਕੋਰਟ ਦੀ ਰੂਲਿੰਗ ਕੀ, ਜਜਮੈਂਟ ਕੀ ਹੈ। ਇਸ ਕਰਕੇ ਅਟਾਰਨੀ ਜਨਰਲ ਦੀ ਕੋਸ਼ਿਸ਼ ਇਹ ਆ ਵੀ ਇਹਨੂੰ ਆਮ ਮਾਫ਼ੀ ਦਿੱਤੀ ਜਾਵੇ, ਵਾਰਨਿੰਗ ਦੇ ਵੀ ਸ਼ਰਤਾਂ ਵੀ ਅੱਗੇ ਤੋਂ ਖਿਆਲ ਰੱਖਣ ਦੀ ਬਸ ਜੀ ਉਹ ਕੋਸ਼ਿਸ਼ ਕਰ ਰਿਹਾ। ਲੋਕਾਂ ਦਾ ਜਿਹੜਾ ਇੱਕ ਸਲਾਹ ਵਾ ਉਹਦੇ ਹੱਕ ਚ ਬੜਾ ਬੜੀ ਬੁਰੀ ਤਰ੍ਹਾਂ ਉੱਠ ਪਿਆ ਵਾ। ਜਿਹੜੇ ਦੁਨੀਆ ਦੇਸ਼ ਭਰ ਦੇ ਜਿੰਨੇ ਵੀ ਹੈਗੇ ਤੁਹਾਡੇ ਹੈਗੇ ਪੜ੍ਹੇ ਲਿਖੇ ਲੋਕ ਨੇ, ਬੁੱਧੀ ਵਰਗ ਦੇ ਲੋਕ ਨੇ, ਵਕੀਲ ਨੇ, ਸਾਰੇ ਸੜਕਾਂ ਤੇ ਆ ਗਏ ਨੇ, ਪੋਸੀਬਿਲਟੀ ਆ ਵੀ ਇਹਦੇ ਤੇ ਕੋਈ ਵਿਚਕਾਰ ਦਾ ਰਸਤਾ ਜਿਹੜਾ ਵਾ ਉਹ ਸੁਪਰੀਮ ਕੋਰਟ ਕੱਢ ਕੇ ਤੇ ਉਹਦੀ ਜਿਹੜੀ ਰਸ ਸੱਤੇ ਕਰ ਦੇ ਜੀ। ਹਾਂਜੀ, ਵਟਸਐਪ ਕਾਲ ਜੀ ਆਉਣੇ ਰੋ, ਸਤਿ ਸ੍ਰੀ ਅਕਾਲ। ਹੈਲੋ, ਆਵਾਜ਼ ਆ ਰਹੀ ਹੈ? ਮੈਂ ਸਾਨੂੰ ਤਾਂ ਹੁਣ ਆਈ ਹੈ ਜੀ ਆਵਾਜ਼ ਤੁਹਾਡੀ। ਹਾਂਜੀ, ਕੌਣ ਸਾਹਿਬ ਜੀ, ਕਿੱਥੋਂ ਬੋਲ ਰਹੇ? ਹਾਂਜੀ, ਮੇਰਾ ਨਾਮ ਜਗਮੋਹਨ ਸਿੰਘ ਰੰਧਾਵਾ ਜੀ ਤੇ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਜੀ ਰੰਧਾਵਾ ਸਾਹਿਬ ਜੀ, ਹਾਂਜੀ ਮੈਂ ਬੇਨਤੀ ਕਰ ਰਹੀ, ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਤੁਹਾਨੂੰ ਵੀ ਜੀ, ਤੇ ਮੇਰੀ ਬੇਨਤੀ ਸੀ ਵੀ ਤੁਸੀਂ ਹੁਣੇ ਗੱਲ ਕੀਤੀ ਸੀ ਸਿਕਸ ਫਾਰ ਜਸਟਿਸ ਦੀ ਤੇ ਉਹਦੇ ਪੰਨੂ ਦੀ, ਮੈਂ ਇੱਥੇ ਵੇਖ ਰਿਹਾ ਸੋਸ਼ਲ ਮੀਡੀਆ ਤੇ ਜਾਂ ਕਿਸ ਤਰ੍ਹਾਂ ਵੀ ਇੱਥੇ ਦੀ ਉਹਦੀ ਕੋਈ ਨਾਂ ਹੀ ਨਹੀਂ ਲੈ ਰਿਹਾ ਤੇ ਤੁਸੀਂ ਇੰਡੀਆ ਦੇ ਵਿੱਚ ਉਹਨੂੰ ਹਵਾ ਬਣਾਈ ਜਾ ਰਹੇ ਜੇ ਤੇ ਉਹਨੂੰ ਕੁਛ ਚੀਜ਼ ਹੀ ਨਹੀਂ ਗਾ, ਕਿਉਂ ਉਹਦੀ ਡਿਸਕਸ ਕਰਦੇ ਹੋ? ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਨੌਜਵਾਨ ਉਹਦੇ ਪਿੱਛੇ ਕਿਉਂ ਲੱਗ ਰਹੇ ਨੇ। ਸੋ ਆਪਣੀ ਜ਼ਿੰਦਗੀ, ਮੇਰੀ ਬੇਨਤੀ ਆਪਣੇ ਸਾਰੇ ਨੌਜਵਾਨ ਵੀਰਾਂ ਨੂੰ ਵੀ ਆਪਣੀ ਜ਼ਿੰਦਗੀ ਕੱਟੋ ਚੰਗੀ ਤਰ੍ਹਾਂ, ਇਹੋ ਜਿਹੇ ਬੰਦਿਆਂ ਦੇ ਪਿੱਛੇ ਨਾ ਲੱਗੋ, ਬਸ ਹੀ ਇੰਨੀ ਗੱਲ ਕਰਨੀ ਜੀ। ਰੰਧਾਵਾ ਸਾਹਿਬ, ਇਹੀ ਗੱਲ ਅਸੀਂ ਕਹਿ ਰਹੇ ਹਾਂ ਨੌਜਵਾਨਾਂ ਨੂੰ, ਭਾਈ ਅਸੀਂ ਅੱਗੇ ਬੜਾ ਸੰਤਾਪ ਉਠਾਇਆ ਜੇ, ਬੜੇ ਅਸੀਂ ਨੌਜਵਾਨ ਗੁਆਏ ਜੇ ਜਿਹਨਾਂ ਨੇ ਬੜਾ ਕੁਛ ਬਣਨਾ ਸੀਗਾ। ਇਸ ਕਰਕੇ ਮਿਹਰਬਾਨੀ ਕਰਕੇ ਮੈਨੂੰ ਯਾਦ ਆ ਜਦੋਂ 1972 ਦੇ ਵਿੱਚ ਜਿਹੜੇ ਸੀ ਮੁੱਖ ਮੰਤਰੀ ਪੰਜਾਬ ਦੇ ਬਣੇ ਸੀ ਗਿਆਨੀ ਜੈਲ ਸਿੰਘ ਜੀ, ਉਦੋਂ ਨੌਜਵਾਨਾਂ ਚ ਬੜਾ ਉਤਸ਼ਾਹ ਸੀਗਾ, ਅਸੀਂ ਕੁਰਬਾਨੀਆਂ ਦੇ ਦਿਆਂਗੇ, ਅਸੀਂ ਸ਼ਹਾਦਤਾਂ ਦੇ ਦਿਆਂਗੇ, ਤੇ ਉਹਨਾਂ ਨੇ ਇੱਕੋ ਸਪੀਚ ਕੀਤੀ ਸੀ ਭਾਈ ਹੁਣ ਨਾ ਸ਼ਹਾਦਤਾਂ ਦੇਣ ਦੀ ਲੋੜ ਆ ਨਾ ਕੁਰਬਾਨੀਆਂ ਕਰਨ ਦੀ ਲੋੜ ਆ, ਹੁਣ ਦੇਸ਼ ਨੂੰ ਅੱਗੇ ਕਰਨ ਵਾਸਤੇ ਮਿਹਨਤ ਦੀ ਲੋੜ। ਅੱਜ ਦੀ ਡੇਟ ਦੇ ਵਿੱਚ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਕਿੰਨੇ ਕੁ ਮੁੰਡੇ IPS IAS ਹੈਗੇ, ਪੜ੍ਹੋ, ਤਕੜੇ ਹੋ ਕੇ ਪੜ੍ਹੋ, ਮੈਂ ਕਹਿੰਦਾ ਪੜ੍ਹ ਕੇ ਅਫਸਰ ਬਣੋ, ਅਫਸਰ ਬਣ ਕੇ ਆਪਣਾ ਨਾਂ ਰੋਸ਼ਨ ਕਰੋ, ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰੋ। ਜਿਹੜਾ ਅੰਮ੍ਰਿਤਸਰ ਦਾ ਮੁੰਡਾ ਹਰਜੀਤ ਸਿੰਘ ਸੰਧੂ ਸੀਗਾ ਜਿਹਨੇ ਸੁਖਰਾਮ ਦੇ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ, ਉਹਨੂੰ ਕੋਈ ਚਾਰਜਸ਼ੀਟ ਪੇਸ਼ ਨਹੀਂ ਕਰਦਾ ਮੰਤਰੀ ਦੇ ਖਿਲਾਫ਼, ਉਹਦੇ ਕਿਹਾ ਮੈਂ ਕਰੂੰ ਜੀ, ਉਹਨੂੰ ਮੁੜ ਕੇ ਬਾਅਦ ਦੀਆਂ ਫੋਰਨ ਸਰਵਿਸ ਦਿੱਤੀਆਂ ਗਈਆਂ, ਉੱਥੋਂ ਫੋਰਨ ਸਰਵਿਸ ਤੋਂ ਰਿਟਾਇਰ ਹੋਇਆ ਬੰਦਾ ਉਹ। ਇਸ ਕਰਕੇ ਇਹੋ ਜਿਹੇ ਤਕੜੇ ਕੰਮ ਕਰੋ, ਤੁਹਾਨੂੰ ਪਤਾ ਹੋਵੇ ਆਸਾ ਰਾਮ ਦੇ ਖਿਲਾਫ਼ ਜਿਹਨੇ ਪਹਿਲੀ ਜੀਰੋ FIR ਕੀਤੀ, ਉਹ ਰਜਿੰਦਰ ਸਿੰਘ ਸੱਚਰ ਸੀ ਮੇਰੇ ਖਿਲਾਫ਼ IPS ਸਮਝੋ ਦਿੱਲੀ ਦਾ ਜੀ, ਜੀਰੋ FIR ਦਰਜ ਕਰਕੇ ਉਹਨੇ ਮੱਧ ਪ੍ਰਦੇਸ਼ ਭੇਜੀ ਸੀ ਉੱਥੇ। ਇਸ ਕਰਕੇ ਇਹੋ ਜਿਹੇ ਕੰਮ ਕਰੋ, ਸਮਾਜ ਭਲਾਈ ਦੇ, ਪੜ੍ਹੇ ਲਿਖੋ, ਤਕੜੇ ਹੋ, ਇਹ ਗੱਲ ਆਪਾਂ ਸੋਚਣੀ ਹੈ। ਆਪਾਂ ਹੁਣ ਪੰਨੂ ਸਾਹਿਬ ਤੋਂ ਉੱਥੋਂ ਉਹਨਾਂ ਨੇ ਫੋਨ ਕਰਦੇ ਸਾਰਿਆਂ ਨੇ ਵੀ ਅੱਜ ਕਰ ਦਿਓ, ਜਿੰਨ ਕਰ ਦਿਓ, ਤੇ ਮੁੜ ਕੇ ਜਦੋਂ ਇੱਥੇ ਕੁੱਟ ਪੈਂਦੀ ਮੁੜ ਕੇ ਕੋਈ ਬੜੀ ਮੁਸ਼ਕਲ ਹੁੰਦੀ ਸਾਡੇ ਵਾਸਤੇ। ਬਿਲਕੁਲ ਜੀ, ਸਤਪਾਲ ਗਿੱਲ ਜੀ ਆਉਣੇ ਰੋ। ਹਾਂਜੀ ਬੋਲ ਪਈਏ ਜੀ। ਹਾਂਜੀ ਹਾਂਜੀ, ਬੜੇ ਹੋਰ ਸੈਣੀ ਸਾਹਮਣੇ ਆ ਜਾਣੇ ਆ ਤੇ ਬੜੇ ਰਿਟਾਇਰ ਪੁਲਿਸ ਅਫਸਰ ਬੈਠੇ ਜਿਹੜੇ ਕਹਿੰਦੇ ਮਰਨ ਤੋਂ ਪਹਿਲਾਂ ਬੋਝ ਲਾ ਲਈਏ ਵਾਹਦਾ ਮੋਹਾ ਬਣ ਕੇ ਜੀ, ਜੇ ਸਹੀ ਫੈਸਲਾ ਕੋਰਟ ਕੋਈ ਲੈ ਲੈਂਦੀ ਆ ਤੇ ਬੜੇ ਸੈਣੀ ਹੋਰ ਨਿਕਲੇ ਹੋਣੇ ਆ ਜੀ ਵਿੱਚੋਂ, ਤੇ ਬੜੇ ਗਵਾਹ ਬੈਠੇ ਨੇ ਜਿਹੜੇ ਬੈਠੇ ਤਿਆਰ ਬੈਠੇ ਬਿਲਕੁਲ, ਪਰ ਜੇ ਕੋਈ ਸਹੀ ਫੈਸਲਾ ਲੈਂਦੀ ਹੈ
ਬਿਲਕੁਲ ਤੁਹਾਡੀ ਠੀਕ ਗੱਲ ਆ ਜੀ, ਤੁਹਾਡੀ ਬਿਲਕੁਲ ਠੀਕ ਗੱਲ। ਮੈਂ ਤੇ ਕਹੂੰਗਾ ਸਾਡੀਆਂ ਹਿਊਮਨ ਰਾਈਟ ਜਿੱਥੇ ਬੰਦੇ ਦਬਾਅ ਪਾਉਣਗੇ ਸਰਕਾਰ ਦੇ ਉੱਤੇ, ਵੀ ਇਹਦੇ ਵਾਸਤੇ ਫਾਸਟ ਟਰੈਕ ਕੋਰਟ ਸਥਾਪਿਤ ਕਰਕੇ ਤੇ ਜਲਦੀ ਫੈਸਲਾ ਦਿੱਤਾ ਜਾਵੇ ਜੀ। ਪਹਿਲੀ ਗੱਲ ਤਾਂ ਉਹਦੀ ਗ੍ਰਿਫਤਾਰੀ ਹੋਣੀ ਨੀ, ਜੇ ਗ੍ਰਿਫਤਾਰੀ ਹੋ ਕੇ ਉਹਦੀ ਸਹੀ ਪੂਛਣ ਕੀਤੀ ਜਾਵੇ, ਸਹੀ ਪੁੱਛ ਪੜਤਾਲ ਕੀਤੀ ਜਾਵੇ, ਤੇ ਕਈ ਮੁਲਤਾਨੀ ਉਹਦੇ ਵਿੱਚੋਂ ਨਿਕਲਣੇ ਆ ਜੀ, ਇੱਕ ਨੀ ਨਿਕਲਣਾ। ਪਰ ਉਹ ਗੱਲ ਹੋਣੀ ਨੀ, ਸਾਡਾ ਸਿਸਟਮ ਹੀ ਇੱਦਾਂ ਦਾ ਬਣ ਚੁੱਕਾ ਜੀ, ਉਹ ਹੋਣ ਦੇ ਸਰ ਘੱਟ ਨਜ਼ਰ ਆਉਂਦੇ ਜੀ। ਜੀ 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 ਤੇ ਪੱਟੀ ਸਾਹਿਬ ਫਿਰ ਇਜਾਜ਼ਤ ਹੈ ਜੀ। ਉਹ ਦਲਿਤ ਕੁੜੀ ਆ, ਉਹ ਦਲਿਤ ਕੁੜੀ ਕਿਤੇ ਵੱਡੇ ਘਰ ਦੇ ਕਿਸੇ ਬਗੀਚੇ ਚਲੀ ਗਈ, ਇੱਥੋਂ ਦੋ ਫੁੱਲ ਤੋੜ ਕੇ ਲੈ ਆਈ ਜੀ। ਉਹ ਫੁੱਲ ਜਿਹੜੇ ਸੀ ਉਹਦੀ ਜਾਨ ਦਾ ਖੌ ਬਣ ਗਏ, ਉਹਨਾਂ ਵਿਚਾਰੀ ਉਹਦੀ ਜਿਹੜੀ ਬੇਇੱਜ਼ਤੀ ਕਰਨੀ ਸੀ ਕੁੜੀ ਦੀ ਕੀਤੀ। ਉਸ ਪਿੰਡ ਦੇ ਵਿੱਚ 800 ਪਰਿਵਾਰ ਰਹਿੰਦੇ ਆ ਤੇ 40 ਪਰਿਵਾਰ ਦਲਿਤਾਂ ਦੇ ਆ, ਤੇ ਜਿਹੜੇ ਉੱਚ ਜਾਤੀ ਦੇ ਪਰਿਵਾਰ ਨੇ ਉਹਨਾਂ ਸਾਰਿਆਂ ਨੇ ਏਕਾ ਕਰਕੇ ਇਹਨਾਂ 40 ਪਰਿਵਾਰਾਂ ਦਾ ਬਾਈਕਟ ਕਰਤਾ। ਅੱਛਾ ਜੀ। ਈਵਨ ਇੱਥੋਂ ਤੱਕ ਕਹਿਤਾ ਵੀ ਇਹ ਜਿਹੜੀ ਪਿੰਡ 'ਚ ਕੋਈ ਦੁਕਾਨ ਬਣੀ ਉੱਥੋਂ ਸੌਦਾ ਨਹੀਂ ਲੈ ਸਕਦੇ। ਦੱਸੋ ਉਹਨਾਂ ਨੂੰ ਉੱਥੋਂ 5 ਕਿਲੋਮੀਟਰ ਦੂਰ ਜਾਣਾ ਪੈਂਦਾ ਸੌਦਾ ਲੈਣ ਵਾਸਤੇ। ਉਹਦੇ ਬਾਰੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨੀ ਕੀਤੀ ਤੇ ਉਹ ਲੋਕ ਬੜੇ ਦੁਖੀ ਨੇ। ਉਹ ਕਹਿ ਰਹੇ ਨੇ ਕਿ ਸਾਡੀ ਕੋਈ ਆਵਾਜ਼ ਬੁਲੰਦ ਕਰੋ ਤੇ ਸਾਡਾ ਸਾਨੂੰ ਕੁਛ ਨਾ ਕੁਛ ਮਤਲਬ ਰਾਹਤ ਮਿਲੇ। ਉਹਨਾਂ ਦੇ ਪਰਿਵਾਰਾਂ ਦੇ ਇਹ 2 ਮਹੀਨੇ ਪੁਰਾਣੀ ਗੱਲ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਵਿਆਹ ਹੁੰਦਾ ਨਾ ਵਿਆਹ, ਤੁਸੀਂ ਸੜਕ ਤੇ ਬਰਾਤ ਲੈ ਕੇ ਨੀ ਚੱਲ ਸਕਦੇ ਜੀ। ਜੇ ਤੁਹਾਡੇ ਘਰ ਚ ਕੋਈ ਮੌਤ ਹੋ ਗਈ ਤੁਸੀਂ ਮੁਰਦਾ ਲੈ ਕੇ ਨੀ ਮੜੀ ਤੱਕ ਜਾ ਸਕਦੇ ਸੜਕ ਰਾਹੀਂ। ਇੰਨੀਆਂ ਪਾਬੰਦੀਆਂ ਲਾਈਆਂ ਉਹਨਾਂ ਦੇ ਉੱਤੇ ਵਿਚਾਰੇ ਗਰੀਬਾਂ ਦੇ ਉੱਤੇ, ਤੇ ਹੁਣ ਜਿਹੜਾ ਥੋੜਾ ਰੌਲਾ ਪੈਣ ਤੋਂ ਬਾਅਦ ਮਾਮਲਾ ਪੁਲਿਸ ਕੋਲੇ ਗਿਆ ਤੇ ਪੁਲਿਸ ਨੇ ਪੋਲੇ ਜਗੂ ਨਾਲ ਕਹਿਤਾ ਜੀ ਦੋਵਾਂ ਧਿਰਾਂ ਚ ਸਮਝੌਤਾ ਹੋ ਰਿਹਾ ਜੀ। ਉਹ ਸਮਝੌਤੇ ਕਰਕੇ ਰੁਕੇ ਅਸੀਂ, ਜੇ ਸਮਝੌਤਾ ਨਾ ਹੋਇਆ ਤੇ ਅਸੀਂ ਫਿਰ ਅਸੀਂ ਪਰਚਾ ਦਰਜ ਕਰ ਦਿਆਂਗੇ, ਤੇ ਪਰਚਾ ਕਿਹਨੂੰ ਦਰਜ ਕਰਨਾ, ਕਿਉਂਕਿ ਵੱਡੇ ਵੱਡੇ ਘਰਾਂ ਦੇ ਕਾਕੇ ਦੇ ਵੱਡੇ ਲੋਕ ਇਹਦੇ ਉੱਤੇ ਕਿਤੇ ਪਰਚਾ ਤੁਸੀਂ ਕਰਨਾ। ਈਵਨ ਇੱਥੋਂ ਤੱਕ ਉਹਨਾਂ ਦੇ ਸਕੂਲ ਤੇ ਇੱਕ ਦਲਿਤ ਟੀਚਰ ਆ ਜੀ, ਉਹਦੇ ਦਬਾਅ ਪਾਇਆ ਜਾ ਰਿਹਾ ਵੀ ਤੂੰ ਕਿੱਥੇ ਵੜਨਾ ਸੀ, ਤੂੰ ਆਪਣੀ ਬਦਲੀ ਕਰਾਉਣਾ, ਤੂੰ ਨੀ ਹੋਣਾ ਇੱਥੇ। ਮਤਲਬ ਅੱਜ ਵੀ ਸਾਡੇ ਵਿੱਚ ਜਿਹਨੇ ਵਾਸਤੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੰਗ ਲੜੀ, ਮਹਾਤਮਾ ਗਾਂਧੀ ਨੇ ਕਿਹਾ ਸਾਰੇ ਇਨਸਾਨ ਬਰਾਬਰ ਨੇ, ਅੱਜ ਵੀ ਸਾਡੇ ਦੇਸ਼ ਵਿੱਚ ਇਹੋ ਜਿਹੇ ਲੋਕ ਬੈਠੇ ਨੇ ਵਿਚਾਰੇ ਪੀੜਤ ਬੈਠੇ ਨੇ, ਜਿਹਨਾਂ ਦੀ ਸੁਣਵਾਈ ਕੋਈ ਨੀ ਹੋਊਗੀ ਤੇ ਪੁਲਿਸ ਵੀ ਸੁਣਵਾਈ ਨੀ ਕਰ ਰਹੀ, ਤੇ ਚਾਹੀਦਾ ਉੱਥੋਂ ਦੀ ਸਰਕਾਰ ਨੂੰ ਇਮੀਡੀਏਟਲੀ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ਼ ਦਵਾਵੇ ਜੀ। ਵਟਸਐਪ ਕਾਲ ਜੀ, ਸਤਿ ਸ੍ਰੀ ਅਕਾਲ ਜੀ, ਆਉਣੇ ਰਹੋ। ਸਤਿ ਸ੍ਰੀ ਅਕਾਲ ਦਾਮੇ ਸਾਹਿਬ ਤੇ ਪੱਟੀ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਪਤਾ ਕਰਨਾ ਸੀ ਜਿਹੜਾ ਬਹਿਬਲ ਕਲਾਂ ਕੇਸ ਦਾ, ਉਹਦਾ ਕੀ ਅਪਡੇਟ ਹੈਗਾ ਜੀ ਕੋਈ? ਮਿਹਰਬਾਨੀ ਤੇ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਵੈਲਕਮ ਜੀ। ਤੇ ਹੁਣ ਇੱਕ ਸਮਾਂ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ। ਜਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ, ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ, ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-770-0460।
ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661-797-2354 ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ ਹਰ ਤਰ੍ਹਾਂ ਦੀ ਗਰੋਸਰੀ ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ ਜਿੱਥੇ ਮਿਲੇਗਾ ਵਧੀਆ ਖਾਣਾ ਦੋ ਪਰੌਂਠੇ ਸਿਰਫ 499 ਚ ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885-8858-800-85-88-58 एड्रेस 2201 साउथ यूनियन एवेन्यू बेकर्सफील्ड कैलिफोर्निया 93307 यूनियन विलेज जेबी ट्रक रिपेयर यूपा सिटी सर्टिफाइड क्यूमिंस डेट्रॉइट फ्रेट लाइनर वेस्टर्न स्टार वॉल्वो कैटरपिलर अते सीरीज 60 इंजन्स इंटरनेशनल अते ऑटोमैटिक ट्रांसमिशंस 5 साल दा फ्रेट लाइन डीलरशिप दा एक्सपीरियंस ए इंजन ट्रक ट्रेलर एसी इलेक्ट्रिकल डीपीएफ डीईएफ रिपेयर करदे हन ट्रांसमिशन रियर एंड ब्रेक्स ऑयल चेंज कर देंदे हन सर्टिफाइड 90 डे डीओटी इंस्पेक्शन अते सर्टिफाइड एनुअल फेडरल डीओटी ਇੰਸਪੈਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ